ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੋ ਲੜੀਵਾਰ ਹਫ਼ਤਾਵਾਰੀ ਸ਼੍ਰੀ ਦਸਮ ਗ੍ਰੰਥ ਜੀ ਦੀ ਸ਼ਬਦ ਵਿਚਾਰ ਦੇ ਰਾਹੀਂ ਆਪ ਸੰਗਤਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਸਾਂਝ ਕਰਨ ਵਾਸਤੇ ਹਾਜ਼ਰੀ ਭਰੀ ਦੀ ਹੈ। ਉਸੇ ਹੀ ਲੜੀ ਦੇ ਅੰਦਰ ਆਪ ਸਮੂਹ ਸਾਧ ਸੰਗਤ ਦੇ ਚਰਨ ਪਰਸਨ ਵਾਸਤੇ ਹਾਜ਼ਰ ਹੋ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ ਕਿ ਆਪ ਆਪਣਾ ਮੇਰਾ ਭਰਿਆ ਹੱਥ ਸਿਰ 'ਤੇ ਰੱਖ ਕਰਕੇ ਇੰਨੀ ਕੁ ਸੋਝੀ ਬਖਸ਼ ਦੇਣ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗਿਆਨ ਦੀ ਗੱਲ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਹਨ ਉਹਨਾਂ ਨੂੰ ਆਪਣੀ ਇਸ ਜੀਭਾ ਰਾਹੀਂ ਦੱਸ ਸਕਾਂ, ਬੋਲ ਸਕਾਂ ਅਤੇ ਸਤਿਗੁਰੂ ਆਪ ਕਿਰਪਾ ਕਰਕੇ ਆਪਣੇ ਸੇਵਕਾਂ ਤੋਂ ਇਹ ਸਾਰੀ ਸੇਵਾ ਲੈਂਦੇ ਰਹਿਣ। ਸੋ ਪਿਛਲੇ ਹਫ਼ਤੇ ਤੱਕ ਜੋ ਸਤਿਗੁਰ ਦੇ ਸ਼ਬਦ ਦੀ ਆਪਾਂ ਸੇਵਾ ਕੀਤੀ ਹੈ, ਸਤਿਗੁਰ ਕਿਰਪਾ ਕਰਨ ਉਸ ਤੋਂ ਅੱਗੇ ਆਪਾਂ ਚੱਲਣ ਦਾ ਯਤਨ ਕਰਾਂਗੇ। ਅਤੇ ਜਿਵੇਂ ਆਪ ਸਮੂਹ ਸਾਧ ਸੰਗਤ ਜਾਣਦੇ ਹੋ ਕਿ ਵਿਚਿੱਤਰ ਨਾਟਕ ਜੋ ਸਤਿਗੁਰ ਜੀ ਨੇ ਰਚਨਾ ਦੀ ਲੜੀਵਾਰ ਸ਼ਬਦ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ, ਸੋ ਉਸੇ ਹੀ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਅਸੀਸ ਬਖਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਪਿਛਲੇ ਹਫ਼ਤੇ ਤੱਕ ਜਿੱਥੋਂ ਤੱਕ ਆਪਾਂ ਸਤਿਗੁਰ ਦੇ ਸ਼ਬਦ ਨੂੰ ਸਰਵਣ ਕੀਤਾ ਹੈ, ਪਰਮੰ ਪੁਰਾਣੰ ਪਵਿੱਤਰੰ ਪਰੇਅੰ ਅਨਾਦੰ ਅਨੀਲੰ ਅਸੰਭੰ ਅਜੇਅੰ ਅਭੇਦੰ ਅਛੇਦੰ ਪਵਿੱਤਰੰ ਪਰਮਾਥੰ ਮਹਾਦੀਨ ਦੀਨੰ ਮਹਾਨਾਥ ਨਾਥੰ। ਇੱਥੋਂ ਤੱਕ ਜੋ ਹੈ ਉਹ ਆਪਾਂ ਸ਼ਬਦ ਨੂੰ ਵਿਚਾਰਨ ਦਾ ਜਿਹੜਾ ਉਹ ਯਤਨ ਕੀਤਾ ਹੈ, ਅਤੇ ਇਸ ਤੋਂ ਅੱਗੇ ਮੇਰੇ ਸਤਿਗੁਰੂ ਜੀ ਜੋ ਕਿਰਪਾ ਕਰ ਰਹੇ ਹਨ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਦਾਗੰ ਅਦੱਗੰ ਅਲੇਖੰ ਅਭੇਖੰ ਅਨੰਤੰ ਅਨੀਲੰ ਅਰੂਪੰ ਅਦਵੈਖੰ ਮਹਾਤੇਜ ਤੇਜੰ ਮਹਾਜਵਾਲ ਜਵਾਲੰ ਮਹਾਤੰਤ੍ਰ ਮੰਤ੍ਰੰ ਮਹਾਕਾਲ ਕਾਲੰ ਕਰੰ ਮਾਮ ਚਾਪਿਯੰ ਕਿਰਪਾਲੰ ਕਰਾਲੰ ਮਹਾਤੇਜ ਤੇਜੰ ਵਿਰਾਜੈ ਵਿਸਾਲੰ ਮਹਾਦਾੜ ਦਾੜੰ ਸੁਸੋਹੈ ਅਪਾਰੰ ਜਿਨੇ ਚਰਬੀਅੰ ਜੀਵ ਜਗਯੰ ਹਜ਼ਾਰੰ। ਸੋ ਸਤਿਗੁਰੂ ਕਿਰਪਾ ਕਰ ਰਹੇ ਹਨ ਉਸ ਅਕਾਲ ਪੁਰਖ ਨੂੰ ਸੰਬੋਧਨ ਹੋ ਕਰਕੇ ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਗੱਲਾਂ ਕਰ ਰਹੇ ਨੇ ਅਤੇ ਉਹਦੇ ਵਿਚਿੱਤਰ ਰੂਪ ਅਤੇ ਉਹ ਕਿੰਨੀਆਂ ਕੁ ਸ਼ਕਤੀਆਂ ਦਾ ਮਾਲਕ ਹੈ, ਕੀ ਕਰ ਸਕਦਾ ਹੈ, ਕਰਨ ਕਰਾਵਣ ਹਾਰ ਸੁਆਮੀ, ਕਿੰਨਾ ਕੁ ਉਹਦੇ ਪਾਸ ਬਲ ਹੈ, ਕਿਹੋ ਜਿਹਾ ਉਹ ਲੱਗਦਾ ਹੈ,
ਕਿਵੇਂ ਉਹ ਰੂਪ ਬਦਲਦਾ ਹੈ, ਕਿਵੇਂ ਸਮੇਂ ਸਮੇਂ ਦੇ ਉੱਪਰ ਆ ਕੇ ਆਪਣੇ ਸੇਵਕਾਂ ਦੀ ਰੱਖਿਆ ਵਾਸਤੇ ਜੰਗ ਦੇ ਮੈਦਾਨ ਦੇ ਅੰਦਰ ਉਤਰਦਾ ਹੈ, ਸ਼ਸਤਰਧਾਰੀ ਹੁੰਦਾ ਹੈ, ਕ੍ਰੋਧ ਵਾਲਾ ਬਣਦਾ ਹੈ, ਬਲਸ਼ਾਲੀ ਬਣਦਾ ਹੈ, ਵਿਸ਼ਾਲ ਰੂਪ ਧਾਰਨ ਕਰਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਉਸ ਨਿਰੰਕਾਰ ਦੇ, ਉਸ ਵਾਹਿਗੁਰੂ ਦੇ ਜਿਹੜੇ ਕਿ ਸ਼ਕਤੀ ਸਰੂਪ ਦਾ ਹੀ ਸਤਿਗੁਰ ਨੇ ਚਿਤਰਨ ਕੀਤਾ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਉਸ ਅਕਾਲ ਪੁਰਖ ਦੀ ਭਗਤੀ ਦੀ ਗੱਲ, ਉਹਦੇ ਨਾਲ ਜੁੜਨ ਦੀ ਗੱਲ, ਉਹਦੇ ਨਾਲ ਆਤਮਾ ਦਾ ਸੰਬੰਧ ਜੋੜਨ ਦੀ ਗੱਲ ਮੇਰੇ ਸਤਿਗੁਰ ਨੇ ਦੱਸੀ ਹੈ। ਸੋ ਉੱਥੇ ਇੱਥੇ ਮੇਰੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਉਸ ਪਰਮ ਸ਼ਕਤੀਵਾਨ ਭਾਵ ਜ਼ਾਲਮ ਦਾ ਅਤੇ ਜ਼ੁਲਮ ਦਾ ਅੰਤ ਕਰਨ ਵਾਸਤੇ ਜਦੋਂ ਉਸ ਰੂਪ ਧਾਰਨ ਕਰਦਾ ਹੈ, ਭਗਤੀ ਤੋਂ ਸ਼ਕਤੀ ਦਾ ਮਾਰਗ ਜਿਹੜਾ ਹੈ, ਸੋ ਉਸ ਸ਼ਕਤੀ ਸਰੂਪ ਪਰਮਾਤਮਾ ਦਾ ਜਿਹੜਾ ਹੈ ਉਹ ਸਤਿਗੁਰੂ ਜੀ ਜ਼ਿਕਰ ਕਰ ਰਹੇ ਹਨ ਅਤੇ ਉਹਦੇ ਬਾਰੇ ਉਹ ਸਾਨੂੰ ਸਮਝਾ ਰਹੇ ਨੇ ਕਿ ਉਹ ਪਰਮਾਤਮਾ ਕਿਵੇਂ ਕਿਵੇਂ ਵੱਖੋ ਵੱਖਰੇ ਸਮਿਆਂ ਦੇ ਅੰਦਰ ਰੂਪ ਧਾਰਨ ਕਰਦਾ ਰਿਹਾ ਹੈ, ਬਲਸ਼ਾਲੀ ਹੁੰਦਾ ਰਿਹਾ ਹੈ ਅਤੇ ਪਾਪੀ ਅਤੇ ਪਾਪ ਦਾ ਅੰਤ ਕਰਕੇ ਸੱਚਾਈ ਦੀ ਜਿੱਤ ਹੁੰਦੀ ਰਹੀ ਹੈ ਅਤੇ ਆਪਣੇ ਭਗਤਾਂ ਆਪਣੇ ਸੇਵਕਾਂ ਦੀ ਜਿਹੜੀ ਹੈ ਉਹ ਰੱਖਿਆ ਕਰਦਾ ਆਇਆ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਅਦਾਗੰ ਯਾ ਦਗੰ ਯਾ ਲੇਖੰ ਯਾ ਭੇਖੰ ਅਨੰਤੰ ਅਨੀਲੰ ਅਰੂਪੰ ਅਦਵੈਖੰ। ਅਦਾਗੰ ਉਹ ਪਰਮਾਤਮਾ ਜਿਹੜਾ ਦਾਗ ਤੋਂ ਰਹਿਤ ਹੈ, ਜਿਹਦੇ ਚਰਿੱਤਰ 'ਤੇ ਕੋਈ ਦਾਗ ਨਹੀਂ, ਕਿਉਂਕਿ ਮਨੁੱਖੀ ਸਰੀਰ ਦੇ ਵਿੱਚ ਵਿਚਰਦਿਆਂ ਸੰਗਤ ਜੀ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਰਸਨਾ ਦੇ ਰਾਹੀਂ ਐਸੇ ਐਸੇ ਕਾਰਜ ਅਸੀਂ ਕਰ ਦਿੰਦੇ ਹਾਂ ਕਿ ਜਿਹੜਾ ਜੀਵਨ ਦਾਗੀ ਹੋ ਜਾਂਦਾ ਹੈ। ਭਾਵ ਜਿੰਨਾ ਮਰਜ਼ੀ ਸੋਹਣੇ ਵਸਤਰ ਪਾਏ ਨੇ, ਜਿੰਨੀ ਮਰਜ਼ੀ ਸੋਹਣੀ ਦਸਤਾਰ ਸਜਾਈਏ, ਪਰ ਕਈ ਵਾਰ ਬਿਰਤੀ ਐਸੀ ਹੋ ਜਾਂਦੀ ਹੈ ਕਿ ਅੰਦਰ ਦੇ ਜਿਹੜੇ ਫੁਰਨੇ ਨੇ ਉਹ ਹਾਵੀ ਹੋ ਜਾਂਦੇ ਨੇ ਅਤੇ ਚੰਗਾ ਭਲਾ ਸਰੂਪ ਵਾਲਾ ਵਿਅਕਤੀ ਵੀ ਉਹ ਗਲਤੀ ਕਰ ਬਹਿੰਦਾ ਹੈ, ਜਿਹੜਾ ਸਾਰੇ ਜੀਵਨ ਭਰ ਦਾ ਦਾਗ ਉਹਦੇ 'ਤੇ ਲੱਗ ਜਾਂਦਾ ਹੈ। ਕਿਤੇ ਝੂਠ ਬੋਲ ਦਿੱਤਾ, ਕਿਤੇ ਕੋਈ ਠੱਗੀ ਮਾਰ ਦਿੱਤੀ, ਕਿਸੇ ਨਾਲ ਚੋਰੀ ਜਾਰੀ ਦੀ ਕੋਈ ਐਸੀ ਘਟਨਾ ਕਰ ਦਿੱਤੀ, ਕੋਈ ਪਰਾਇਆ ਰੂਪ ਤੱਕ ਲਿਆ, ਕਿਤੇ ਮਾਇਆ ਦੇਖ ਕੇ ਫਿਸਲ ਗਿਆ। ਕਹਿਣ ਤੋਂ ਭਾਵ ਕਿ ਜੀਵਨ ਨੂੰ ਬੇਦਾਗ ਰੱਖਣਾ ਇੱਕ ਬਹੁਤ ਹੀ ਕਠਿਨ ਕਾਰਜ ਹੈ ਅਤੇ ਮੇਰਾ ਸਤਿਗੁਰੂ ਕਿਰਪਾ ਕਰੇ, ਆਪ ਰਹਿਮਤ ਕਰੇ ਅਤੇ ਆਪਣੇ ਸੇਵਕਾਂ ਨੂੰ ਜਿਹੜਾ ਹੈ ਉਹ ਜੀਵਨ ਨੂੰ ਸੱਚਾ ਅਤੇ ਸੁੱਚਾ ਬਣਾ ਸਕਦਾ ਹੈ। ਨਹੀਂ ਤਾਂ ਮਨੁੱਖੀ ਜਾਮੇ ਦੇ ਅੰਦਰ ਮਨੁੱਖ ਜਿੱਥੇ ਪੈਦਾ ਹੋਇਆ ਸੰਗਤ ਜੀ, ਮਨੁੱਖ ਦੇ ਅੰਦਰ ਫੁਰਨੇ ਵੀ ਉਸ ਅਕਾਲ ਪੁਰਖ ਨਹੀਂ ਭਰੇ ਨੇ। ਆਪਾਂ ਬਹੁਤ ਵਾਰ ਸਟੇਜਾਂ ਤੋਂ ਸਰਵਣ ਕਰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਨੂੰ ਛੱਡੀਏ, ਹੰਕਾਰ ਤੋਂ ਬਚੀਏ, ਇਹਨਾਂ ਚੀਜ਼ਾਂ ਦਾ ਤਿਆਗ ਕਰੀਏ, ਪਰ ਇੱਥੇ ਨਾਲ ਹੀ ਇਹ ਗੱਲ ਸਮਝਣ ਯੋਗ ਹੈ ਕਿ ਇਹ ਅਸੀਂ ਆਪ 'ਤੇ ਭਰਾਈਆਂ ਨਹੀਂ ਨਾ ਆਪਣੇ ਸਰੀਰ 'ਚ। ਜੇ ਕਾਮ ਦੀ ਗੱਲ ਕਰੀਏ, ਕ੍ਰੋਧ ਦੀ ਗੱਲ ਕਰੀਏ, ਲੋਭ ਮੋਹ ਹੰਕਾਰ ਦੀ ਗੱਲ ਕਰੀਏ, ਤਾਂ ਕੋਈ ਵਿਅਕਤੀ ਚਾਹੁੰਦਾ ਹੈ ਕਿ ਮੈਂ ਇਹਨਾਂ ਦੇ ਵੱਸ ਹੋਵਾਂ? ਹਰ ਕੋਈ ਚਾਹੁੰਦਾ ਹੈ ਨਾ ਕਿ ਇਹਨਾਂ ਦਾ ਤਿਆਗ ਕੀਤਾ ਜਾਵੇ, ਪਰ ਕੀਤਾ ਨਹੀਂ ਜਾ ਸਕਦਾ ਜਾਂ ਹੁੰਦਾ ਨਹੀਂ, ਵੱਸ ਨਹੀਂ ਰਹਿੰਦਾ। ਅਤੇ ਸਭ ਤੋਂ ਪਹਿਲਾ ਸਵਾਲ ਤਾਂ ਫਿਰ ਇਹੀ ਪੈਦਾ ਹੁੰਦਾ ਹੈ ਕਿ ਜੀ ਆਪਣੀ ਮਰਜ਼ੀ ਦੇ ਨਾਲ ਤਾਂ ਅਸੀਂ ਇਹ ਫੁਰਨੇ ਆਪਣੇ ਅੰਦਰ ਸਰੀਰ 'ਚ ਪਾਏ ਨਹੀਂ, ਜਿੱਥੇ ਉਹ ਪਰਮਾਤਮਾ ਨੇ ਇਹ ਸਰੀਰ ਦਿੱਤਾ ਹੈ, ਅੱਖਾਂ ਦਿੱਤੀਆਂ ਨੇ, ਕੰਨ ਨੱਕ ਦਿੱਤਾ ਹੈ, ਅਤੇ ਫਿਰ ਇਹ ਚੰਗੇ ਮਾੜੇ ਫੁਰਨੇ ਵੀ ਤਾਂ ਉਹੀ ਮਨ ਦੇ ਅੰਦਰ ਪੈਦਾ ਕਰਦਾ ਹੈ। ਅਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਮਝਾ ਰਹੇ ਨੇ ਕਿ ਉਸ ਵਾਹਿਗੁਰੂ, ਉਸ ਨਿਰੰਕਾਰ ਦੇ ਨਾਲ ਜਦੋਂ ਆਪਾਂ ਸੁਰਤੀ ਜੋੜਨੀ ਹੈ ਤਾਂ ਫਿਰ ਇਹਨਾਂ ਫੁਰਨਿਆਂ 'ਤੇ ਕਾਬੂ ਕਿੱਦਾਂ ਪਾਉਣਾ ਹੈ, ਉਹ ਵਾਹਿਗੁਰੂ, ਉਹ ਕਿਰਪਾਲੂ, ਉਹ ਦਿਆਲੂ ਸਤਿਗੁਰੂ ਉਹ ਸਮਝਾ ਦਿੰਦਾ ਹੈ। ਕਿਉਂਕਿ ਫੁਰਨੇ ਉਪਜਣਗੇ, ਮਨ ਦੇ ਅੰਦਰ ਪੈਦਾ ਹੋਣਗੇ, ਖਤਮ ਨਹੀਂ ਕੀਤੇ ਜਾ ਸਕਦੇ। ਜਿੱਥੇ ਜਿੰਨੀ ਦੇਰ ਤੱਕ ਇਹ ਸਰੀਰ ਰਹਿਣਾ ਹੈ, ਇਹ ਫੁਰਨੇ ਵੀ ਉਪਜਦੇ ਰਹਿਣੇ ਨੇ, ਪਰ ਇਹਨਾਂ ਫੁਰਨਿਆਂ ਦੇ ਅਧੀਨ ਹੋ ਕੇ ਕਾਰਜ ਕਰਨੇ ਨੇ ਜਾਂ ਇਹਨਾਂ ਫੁਰਨਿਆਂ ਨੂੰ ਆਪਣੇ ਅਧੀਨ ਕਰ ਲੈਣਾ, ਭਾਵ ਇਹਨਾਂ ਨੂੰ ਆਪਣੇ ਕਾਬੂ 'ਚ ਕਿਵੇਂ ਲੈ ਕੇ ਆਉਣਾ, ਉਹ ਮੇਰੇ ਸਤਿਗੁਰੂ ਦੱਸਦੇ ਨੇ। ਅਤੇ ਫੁਰਨਿਆਂ ਦੇ ਵੱਸ ਹੋ ਕਰਕੇ ਕੀਤੇ ਕਾਰਜ ਫਿਰ ਕਈ ਵਾਰ ਜੀਵਨ ਦੇ ਉੱਪਰ ਦਾਗ ਵੀ ਲਾ ਦਿੰਦੇ ਨੇ। ਅਤੇ ਇੱਥੇ ਮੇਰੇ ਸਤਿਗੁਰੂ ਉਸ ਅਕਾਲ ਪੁਰਖ ਨੂੰ ਸੰਬੋਧਨ ਹੋ ਰਹੇ ਨੇ, ਅਦਾਗੰ
ਜਿਹੜਾ ਦਾਗ ਤੋਂ ਰਹਿਤ ਹੈ, ਜਿਹੜਾ ਸੱਚਾ ਸੁੱਚਾ ਨਿਰਮਲ ਸੀ, ਨਿਰਮਲ ਹੈ ਅਤੇ ਹਮੇਸ਼ਾ ਰਹੇਗਾ, ਜਿਹੜਾ ਕਦੇ ਵੀ ਇਹਨਾਂ ਚੀਜ਼ਾਂ ਦੇ ਵੱਸ ਨਹੀਂ ਆਉਂਦਾ। ਅਦੱਗੰ ਜਿਹੜਾ ਫਰੇਬ ਰਹਿਤ ਹੈ, ਕਿਸੇ ਦੇ ਨਾਲ ਝੂਠੀ ਯਾਰੀ ਨਹੀਂ ਕਰਦਾ, ਫਰੇਬ ਨਹੀਂ ਕਰਦਾ, ਧੋਖਾ ਨਹੀਂ ਕਰਦਾ, ਉਹ ਵਾਹਿਗੁਰੂ ਨਿਰੰਕਾਰ ਦਾ ਸਰੂਪ ਐਸਾ ਹੈ ਜਿਹੜਾ ਅਦਾਗ ਹੈ ਅਤੇ ਅਦੱਗ ਹੈ, ਜਿਹੜਾ ਕਿਸੇ ਦੇ ਨਾਲ ਝੂਠ ਨਹੀਂ ਬੋਲਦਾ, ਫਰੇਬ ਨਹੀਂ ਕਰਦਾ, ਅਤੇ ਜਿਹਦੇ ਜੀਵਨ ਚਰਿੱਤਰ ਦੇ ਉੱਪਰ, ਜਿਹਦੇ ਆਪਣੇ ਉੱਪਰ ਕੋਈ ਐਸਾ ਦਾਗ ਉਹ ਨਹੀਂ ਲੱਗਾ ਅਤੇ ਨਾ ਲਾਇਆ ਜਾ ਸਕਦਾ ਹੈ। ਅਤੇ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਅਲੇਖੰ ਆ ਭੇਖੰ ਆ ਅਨੰਤੰ ਆ ਨੀਲੰ ਆ ਰੂਪੰ ਅਦੁਐਖੰ। ਜਿਹੜਾ ਲੇਖੇ ਤੋਂ ਰਹਿਤ ਹੈ, ਲੇਖੇ 'ਚ ਨਹੀਂ ਆਉਂਦਾ, ਲੇਖੇ ਕਦੇ ਨਾ ਛੁੱਟੀਏ ਹਮ ਖਿਲ ਖਿੰਨ ਭੁੱਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਕਿ ਜੇ ਲੇਖਾ ਕੀਤਾ ਜਾਵੇ ਤਾਂ ਅਨੇਕਾਂ ਗਲਤੀਆਂ ਕਰਦੇ ਹਾਂ ਰੋਜ਼ ਜੀਵਨ ਦੇ ਅੰਦਰ ਵਿਚਰਦੇ ਹਾਂ, ਭਾਵੇਂ ਕਿਸੇ ਦੂਜੇ ਵਿਅਕਤੀ ਨੂੰ ਨਾ ਪਤਾ ਹੋਵੇ, ਕੋਈ ਨਾ ਜਾਣਦਾ ਹੋਵੇ, ਲੋਕਾਂ ਦੀਆਂ ਨਜ਼ਰਾਂ ਤੋਂ ਭਾਵੇਂ ਬੰਦ ਕਮਰੇ 'ਚ ਬਹਿ ਕੇ ਅਸੀਂ ਪਾਪ ਕੀਤੇ ਹੁਣ, ਲੋਕਾਂ ਦੇ ਸਾਹਮਣੇ ਤਾਂ ਨਹੀਂ ਆਉਂਦੇ, ਪਰ ਉਹ ਵਾਹਿਗੁਰੂ ਨਿਰੰਕਾਰ ਤੋਂ ਨਹੀਂ ਛੁਪਦੇ। ਅਤੇ ਜੇ ਉਹ ਲੇਖਾ ਕਰਨ ਬਹਿ ਜਾਵੇ ਕਿ ਤੂੰ ਕਦੋਂ ਚੰਗਾ ਕੀਤਾ ਹੈ ਅਤੇ ਕਦੋਂ ਮਾੜਾ ਕੀਤਾ ਹੈ, ਕਦੋਂ ਤੇਰੀਆਂ ਅੱਖਾਂ ਨੇ ਪਰਾਇਆ ਰੂਪ ਤੱਕਿਆ ਹੈ, ਕਦੋਂ ਕੰਨਾਂ ਨੇ ਨਿੰਦਾ ਚੁਗਲੀ ਸੁਣੀ ਹੈ, ਕਦੋਂ ਜੀਭਾਂ ਤੋਂ ਕਿਸੇ ਦੀ ਨਿੰਦਾ ਚੁਗਲੀ ਕੀਤੀ ਹੈ, ਤਾਂ ਫਿਰ ਸਾਡੇ 'ਤੇ ਐਸੇ ਕੋ ਕਰਮ ਸਾਹਮਣੇ ਆ ਜਾਣਗੇ ਸੰਗਤ ਜੀ, ਵੀ ਲੇਖੇ ਕਦੇ ਛੁੱਟ ਨਹੀਂ ਸਕਦੇ। ਪਰ ਉਹ ਪਰਮਾਤਮਾ ਜਿਹੜਾ ਹੈ ਅਲੇਖੰ, ਉਹ ਲੇਖੇ ਦੇ ਵਿੱਚ ਨਹੀਂ ਆਉਂਦਾ, ਉਹਦਾ ਲੇਖਾ ਕੋਈ ਕਰ ਨਹੀਂ ਸਕਦਾ, ਅਤੇ ਨਾ ਹੀ ਉਹ ਸਾਡੇ ਵਾਂਗ ਐਸਾ ਸਾਡੇ ਵਾਂਗ ਸਰੀਰ ਹੈ ਕਿ ਜਿਹੜਾ ਲੇਖੇ ਕੀਤਿਆਂ ਛੁੱਟੇ ਨਾ, ਉਹ ਪਰਮਾਤਮਾ ਲੇਖੇ ਤੋਂ ਰਹਿਤ ਹੈ। ਅਭੇਖੰਗ ਜਿਹੜਾ ਭੇਖਾਂ ਤੋਂ ਰਹਿਤ ਹੈ, ਰੂਪ ਰੰਗ ਔਰ ਰੇਖ ਭੇਖ ਤ੍ਰੈ ਗੁਣ ਤੇ ਪ੍ਰਭ ਭਿੰਨ, ਇਹਨਾਂ ਸਭ ਚੀਜ਼ਾਂ ਤੋਂ ਉਹ ਪਰਮਾਤਮਾ ਮੁਕਤ ਹੈ, ਬਾਹਰ ਹੈ, ਇਹਨਾਂ ਦੇ ਵਿੱਚ ਉਹ ਨਹੀਂ ਆਉਂਦਾ। ਜਿਵੇਂ ਅਸੀਂ ਮਨੁੱਖ ਹੈ, ਕੋਈ ਇਸਤਰੀ ਹੈ, ਕੋਈ ਬੱਚਾ ਹੈ, ਕੋਈ ਬੁੱਢਾ ਹੈ, ਵੱਖੋ ਵੱਖਰੇ ਸਾਡੇ ਸਰੀਰ ਨੇ, ਵੱਖੋ ਵੱਖਰੇ ਸਾਡੇ ਸਰੀਰਾਂ ਦੇ ਆਕਾਰ ਨੇ, ਵੱਖੋ ਵੱਖਰੇ ਸਾਡੇ ਭੇਸ ਨੇ, ਪਰ ਉਹ ਪਰਮਾਤਮਾ ਇਹਨਾਂ ਭੇਸਾਂ ਤੋਂ ਰਹਿਤ ਹੈ। ਅਨੰਤੰ ਆ ਨੀਲੰ ਆ ਰੂਪੰ ਅਦੁਐਖੰ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਅਨੀਲ ਜਿਹਨੂੰ ਗਿਣਿਆ ਨਹੀਂ ਜਾ ਸਕਦਾ, ਮਿਣਿਆ ਤੋਲਿਆ ਨਹੀਂ ਜਾ ਸਕਦਾ, ਉਹ ਵਾਹਿਗੁਰੂ ਉਹ ਨਿਰੰਕਾਰ। ਅਰੂਪੰਗ ਜਿਹੜਾ ਰੂਪ ਰਹਿਤ ਹੈ, ਅਦੁਐਖੰਗ ਜਿਹੜਾ ਕਿਸੇ ਦੇ ਮਨ ਦੇ ਅੰਦਰ ਕਿਸੇ ਦੇ ਨਾਲ ਦੁਐਖ ਦੀ ਭਾਵਨਾ ਨਹੀਂ ਰੱਖਦਾ, ਭਾਵ ਦੂਜਾ ਭਾਵ ਨਹੀਂ ਰੱਖਦਾ। ਜਿਵੇਂ ਸਾਡੀ ਮਨੁੱਖ ਦੀ ਬਿਰਤੀ ਹੈ ਨਾ ਕਿ ਜੇ ਤਾਂ ਮੇਰੀ ਕੋਈ ਸ਼ਲਾਘਾ ਕਰੇ, ਮੇਰੀ ਕੋਈ ਸੋਭਾ ਕਰੇ, ਤਾਂ ਉਹ ਬੜਾ ਪਿਆਰਾ, ਮੈਨੂੰ ਬੜਾ ਤੇਹ ਆਉਂਦਾ ਹੈ ਉਹਦਾ। ਅਤੇ ਜੇ ਕਦੇ ਕੋਈ ਕਹਿ ਦੇਵੇ ਵੀ ਭਾਈ ਤੂੰ ਇੱਥੇ ਗਲਤੀ ਕੀਤੀ ਹੈ, ਜਾਂ ਤੂੰ ਇਹ ਕੰਮ ਸਹੀ ਨਹੀਂ ਕੀਤਾ, ਜਾਂ ਜਿਹੜਾ ਕਾਰਜ ਤੂੰ ਕਰ ਰਿਹਾ ਉਹ ਮੈਨੂੰ ਪਸੰਦ ਨਹੀਂ, ਤਾਂ ਫਿਰ ਅਸੀਂ ਉਹਦੇ ਵਿਰੋਧੀ ਬਣ ਜਾਂਦੇ ਹਾਂ ਵੀ ਹਾਂ ਇਹਨੇ ਮੇਰੀ ਗੱਲ ਕੱਟੀ ਕਿਉਂ, ਇਹਨੇ ਮੇਰੇ ਨਾਲ ਐਸੇ ਵਚਨ ਕੀਤੇ ਕਿਉਂ। ਕਹਿਣ ਤੋਂ ਭਾਵ ਕਿ ਜੇ ਤਾਂ ਕੋਈ ਚੰਗਾ ਕਹਿੰਦਾ ਤਾਂ ਅਸੀਂ ਉਹਦੇ ਮਿੱਤਰ ਬਣਨ ਨੂੰ ਤਿਆਰ ਹੋ ਜਾਂਦੇ ਹਾਂ, ਅਤੇ ਜੇ ਕੋਈ ਮਾੜਾ ਕਹਿੰਦਾ ਤਾਂ ਉਹ ਆਪ ਮੁਹਾਰੇ ਸਾਡਾ ਵਿਰੋਧੀ, ਸਾਡਾ ਸ਼ਤਰੂ ਬਣ ਜਾਂਦਾ ਹੈ। ਸੋ ਅਸੀਂ ਇਹ ਮਨ ਦੇ ਅੰਦਰ ਭਾਵਨਾ ਰੱਖਦੇ ਹਾਂ, ਭਾਵੇਂ ਮੂੰਹ ਤੋਂ ਕਹੀ ਜਾਈਏ ਨਹੀਂ ਜੀ ਅਸੀਂ ਨਹੀਂ ਐਸੇ ਰੱਖਦੇ, ਪਰ ਮਨੁੱਖਾਂ ਸੰਗਤ ਜੀ ਮਨੁੱਖਾਂ ਦੀ ਬਿਰਤੀ ਐਸੀ ਹੈ ਕਿ ਕੋਈ ਵਿਰਲਾ ਸਤਿਗੁਰੂ ਕਿਰਪਾ ਕਰੇ ਜਿਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦੇ, ਇਹਦੇ ਤੋਂ ਮੁਕਤ ਹੋ ਜਾਵੇ, ਨਹੀਂ ਤਾਂ ਮਨੁੱਖਾਂ ਦੀ ਬਿਰਤੀ ਐਸੀ ਉਹ ਬਣ ਜਾਂਦੀ ਹੈ। ਸੋ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ ਕਿ ਉਹ ਪਰਮਾਤਮਾ, ਉਹ ਵਾਹਿਗੁਰੂ, ਉਹ ਨਿਰੰਕਾਰ, ਉਹ ਇਹਨਾਂ ਸਭ ਚੀਜ਼ਾਂ ਤੋਂ ਮੁਕਤ ਹੈ, ਉਹ ਇਹਨਾਂ ਦੇ ਗੇੜੇ 'ਚ ਨਹੀਂ ਆਉਂਦਾ। ਜਿਵੇਂ ਮਨੁੱਖ ਇਹਨਾਂ ਚੀਜ਼ਾਂ ਦੇ ਚੱਕਰਾਂ 'ਚ ਫਸਦਾ ਹੈ ਨਾ, ਇਸ ਤਰ੍ਹਾਂ ਉਹ ਪਰਮਾਤਮਾ ਵਾਹਿਗੁਰੂ ਉਹ ਕਿਸੇ ਦੇ ਨਾਲ ਐਸਾ ਦੁਐਖ ਦੀ ਭਾਵਨਾ ਨਹੀਂ ਰੱਖਦਾ ਕਿ ਜਿਹੜੇ ਤਾਂ ਮੇਰਾ ਨਾਮ ਜਪਦੇ ਨੇ, ਭਜਨ ਬੰਦਗੀ ਕਰਦੇ ਨੇ, ਉਹਨਾਂ ਨੂੰ ਮੈਂ ਜ਼ਿਆਦਾ ਦੇਵਾਂ, ਅਤੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਮੈਂ ਦੇਣਾ ਹੀ ਕੁਛ ਨਹੀਂ। ਨਹੀਂ ਭਾਈ, ਉਹਨੇ ਪਾਲਣਾ ਸਭ ਨੂੰ ਹੈ, ਪਰ ਪਾਲਣ ਤੋਂ ਉੱਪਰ ਉੱਠ ਕਰਕੇ ਜੇਕਰ ਕੋਈ ਉਹਦੀ ਸੇਵਾ, ਉਹਦੀ ਸਿਮਰਨ, ਉਹਦੀ ਭਗਤੀ ਭਾਵਨਾ 'ਚ ਲੱਗਦਾ ਹੈ, ਤਾਂ ਉਹ ਪਰਮਾਤਮਾ ਫਿਰ ਉਹਨੂੰ ਹੋਰ ਵੀ ਬਰਕਤਾਂ ਦੇ ਨਾਲ ਨਿਵਾਜ ਦਿੰਦਾ ਹੈ, ਅਤੇ ਜਿਹੜੇ ਨਹੀਂ ਕਰਦੇ ਜੀਵਨ ਉਹਨਾਂ ਨੂੰ ਵੀ ਮਿਲਿਆ, ਭੋਜਨ ਪ੍ਰਸ਼ਾਦਾ ਉਹਨਾਂ ਨੂੰ ਵੀ ਮਿਲਣਾ ਹੈ, ਕੱਪੜਾ ਲੀੜਾ ਉਹਨਾਂ ਨੂੰ ਵੀ ਤਨ ਢਕਣ ਲਈ ਮਿਲਿਆ ਹੋਇਆ। ਸੋ ਉਹ ਵਾਹਿਗੁਰੂ ਨਿਰੰਕਾਰ ਇੱਦਾਂ ਦਾ ਨਹੀਂ ਕਿ ਭਾਈ ਜੇ ਤੂੰ ਮੈਨੂੰ ਜਪਦਾ ਨਹੀਂ ਤਾਂ ਮੈਂ ਸਾਰਾ ਕੁਛ ਤੇਰਾ ਬੰਦ ਕਰਦਿਆਂ, ਨਹੀਂ ਭਾਈ, ਤੇਰੀ ਪਾਲਣਾ ਤਾਂ ਉਹਨੇ ਕਰੀ ਜਾਣੀ ਹੈ, ਪਰ ਇਸ ਪਾਲਣ ਦੇ ਤੱਕ ਹੀ ਸੀਮਤ ਨਹੀਂ ਰਹਿਣਾ। ਇਸ ਜੀਵਨ ਦੇ ਅੰਦਰ ਆ ਕੇ ਜੇ ਕੁਝ ਖੱਟਿਆ ਕਮਾਇਆ ਨਹੀਂ, ਇਸ ਮਨੁੱਖੀ ਸਰੀਰ ਦਾ ਲਾਹਾ ਹੀ ਨਹੀਂ ਲਿਆ,
ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾਂ ਕਿਤ ਕੁ ਫਕੜੇ ਸਭ ਮੁੱਕਦੀ ਚੱਲੀ ਰਹਿਣ। ਕਿ ਭਾਈ ਇਹ ਜੀਵਨ ਤੈਨੂੰ ਮਿਲਿਆ ਹੈ, ਘੜੀ ਘੜੀ ਬੀਤਦੀ ਜਾ ਰਹੀ ਹੈ, ਸਵਾਸ ਸਵਾਸ ਮੁੱਕਦਾ ਜਾ ਰਿਹਾ ਹੈ, ਕੀ ਕੇਵਲ ਸੋਹਣੇ ਕੱਪੜੇ ਪਾ ਲਏ, 3 ਟਾਈਮ ਪ੍ਰਸ਼ਾਦਾ ਛਕ ਲਿਆ, ਮਹਿੰਗੀ ਗੱਡੀ 'ਚ ਘੁੰਮ ਲਿਆ, ਇਹ ਇਸੇ ਕਰਕੇ ਜੀਵਨ ਮਿਲਿਆ? ਨਹੀਂ ਭਾਈ, ਇਹ ਜੀਵਨ ਦੀਆਂ ਕਿਰਿਆਵਾਂ ਨੇ। ਉਹ ਅਸੀਂ ਆਪਣੇ ਸਰੀਰ ਨੂੰ ਸੁੱਖ ਦੇਣ ਵਾਸਤੇ ਇਹ ਕਾਰਜ ਕਰਦੇ ਹਾਂ, ਵਧੀਆ ਬੈੱਡ ਹੋਵੇ, ਵਧੀਆ ਕਮਰੇ, ਵਧੀਆ ਸੋਫੇ ਹੋਣ, ਪਰ ਉਹ ਪਰਮਾਤਮਾ ਨੇ ਜਿਹੜਾ ਆਤਮਾ ਰੂਪੀ ਅੰਸ਼ ਤੇਰੇ ਅੰਦਰ ਭੇਜਿਆ, ਉਹਦੀ ਖੁਰਾਕ ਕੀ ਹੈ? ਉਹਦੀ ਖੁਰਾਕ ਨਾਮ ਬਾਣੀ ਸ਼ਬਦ ਉਸ ਪਰਮਾਤਮਾ ਦੀ ਭਗਤੀ ਸਿਮਰਨ ਹੈ। ਸੋ ਜਿੱਥੇ ਬਾਹਰੀ ਸਰੀਰ ਵਾਸਤੇ ਇਹ ਸਹੂਲਤਾਂ ਇਕੱਠੀਆਂ ਕੀਤੀਆਂ ਨੇ ਸੰਗਤ ਜੀ, ਉਸ ਆਤਮਾ ਦੇ ਸੁੱਖ ਵਾਸਤੇ ਵੀ ਕੁਝ ਨਾ ਕੁਝ ਜ਼ਰੂਰ ਕਰਨਾ ਪਵੇਗਾ। ਸੋ ਬਹੁਤ ਵਾਰ ਸਟੇਜਾਂ ਤੋਂ ਆਪਾਂ ਇਹ ਸਰਵਣ ਕਰਦੇ ਹਾਂ ਜੀ, ਇਹ ਸਭ ਮੋਹ ਮਾਇਆ ਹੈ, ਇਹ ਸਭ ਛੱਡ ਦੇਣਾ ਚਾਹੀਦਾ ਹੈ। ਦੇਖੋ ਇੱਥੇ ਛੱਡਣ ਦਾ ਮਤਲਬ ਇਹ ਨਹੀਂ ਕਿ ਆਪਾਂ ਤਿਆਗ ਦੇਣਾ ਹੈ ਅਤੇ ਜੰਗਲਾਂ 'ਚ ਚਲੇ ਜਾਈਏ ਅਤੇ ਅਸੀਂ ਬੈੱਡ ਛੱਡ ਕੇ ਜ਼ਮੀਨ 'ਤੇ ਸੌਣਾ ਸ਼ੁਰੂ ਕਰ ਦਈਏ ਅਤੇ ਫਿਰ ਪਰਮਾਤਮਾ ਸਾਨੂੰ ਲੱਭ ਪਏਗਾ। ਮਾਫ਼ ਕਰਿਓ, ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਛੱਡਣ ਨੂੰ ਨਹੀਂ ਕਹਿ ਰਿਹਾ। ਤੁਹਾਡੀ ਕਿਰਤ ਕਮਾਈ ਹੈ, ਤੁਸੀਂ ਬਿਜ਼ਨਸ ਕੀਤਾ ਹੈ, ਤੁਸੀਂ ਆਪਣੇ ਜੀਵਨ ਦੇ ਅੰਦਰ ਮਿਹਨਤ ਕੀਤੀ ਹੈ, ਅਤੇ ਜੇ ਸੁੱਖ ਸਾਧਨ ਇਕੱਠੇ ਕੀਤੇ ਨੇ, ਚੜ੍ਹਦੀ ਕਲਾ ਹੈ, ਤੁਸੀਂ ਭੋਗੋ, ਇਹ ਸਰੀਰ ਵਾਸਤੇ ਸੁੱਖ ਨੇ। ਪਰ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ, ਉਹ ਆਤਮਾ ਨੂੰ ਚੰਗੇ ਬੈੱਡ ਦੇ ਨਾਲ, ਚੰਗੀ ਗੱਡੀ ਦੇ ਨਾਲ, ਲੰਮੀਆਂ ਵੱਡੀਆਂ ਕੋਠੀਆਂ ਦੇ ਨਾਲ, ਉਹਦਾ ਆਤਮਾ ਨੂੰ ਕੋਈ ਸੁੱਖ ਨਹੀਂ। ਆਤਮਾ ਨੂੰ ਸੁੱਖ ਮਿਲਣਾ ਹੈ ਜਦੋਂ ਤੁਸੀਂ ਕਿਤੇ 5 ਮਿੰਟ 10 ਮਿੰਟ ਬਹਿ ਕੇ ਉਹ ਵਾਹਿਗੁਰੂ ਨਾਮ ਸਿਮਰਨ ਕਰੋਗੇ, ਕਿਤੇ ਕੋਈ ਕਥਾ ਵਿਚਾਰ ਸੁਣੋਗੇ, ਕਿਤੇ ਕੀਰਤਨ ਸੁਣੋਗੇ, ਕਿਤੇ ਗੁਰਬਾਣੀ ਦਾ ਪਾਠ ਸਰਵਣ ਕਰੋਗੇ। ਸੋ ਉਹ ਵਾਹਿਗੁਰੂ ਦਾ ਨਾਮ ਤੁਹਾਡੇ ਅੰਦਰ ਨੂੰ ਜਿਹੜਾ ਆਨੰਦ ਦੇਵੇਗਾ, ਆਨੰਦ ਨੂੰ ਜਿਹੜੀ ਠੰਡ ਦੇਵੇਗਾ, ਉਹ ਤੁਹਾਨੂੰ ਬਾਹਰੀ ਚੀਜ਼ਾਂ ਨਹੀਂ ਦੇ ਸਕਦੀਆਂ। ਸੋ ਸਤਿਗੁਰੂ ਜੀ ਇੱਥੇ ਸਾਨੂੰ ਇਹ ਸਮਝਾਉਂਦੇ ਨੇ ਕਿ ਭਾਈ ਬਾਹਰਲੀਆਂ ਚੀਜ਼ਾਂ ਦਾ ਇੰਨਾ ਮੋਹ ਨਾ ਕਰ, ਉਹ ਤੇਰੇ ਸਰੀਰ ਦੇ ਵਾਸਤੇ ਸੁੱਖ ਨੇ, ਪਰ ਤੇਰੀ ਆਤਮਕ ਸ਼ਾਂਤੀ ਵਾਸਤੇ, ਤੇਰੀ ਆਤਮਾ ਨੂੰ ਪ੍ਰਸੰਨ ਕਰਨ ਵਾਸਤੇ, ਆਨੰਦ ਕਰਨ ਵਾਸਤੇ ਜਿਹੜਾ ਅੰਦਰ ਦਾ ਸੁੱਖ ਹੈ, ਉਹ ਵਾਹਿਗੁਰੂ ਨਾਮ ਸਿਮਰਨ ਤੋਂ ਤੈਨੂੰ ਉਹ ਜਿਹੜਾ ਹੈ ਉਹ ਭਾਈ ਮਿਲਣਾ ਹੈ। ਸੋ ਇਸ ਕਰਕੇ ਜਿਹੜੀਆਂ ਬਾਹਰੀਆਂ ਚੀਜ਼ਾਂ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਭੋਗੋ, ਪਰ ਅੰਦਰ ਦੀ ਸ਼ਾਂਤੀ ਵਾਸਤੇ ਉਹ ਪਰਮਾਤਮਾ ਦੇ ਨਾਮ ਨੂੰ ਉਹ ਸਿਮਰਨ ਕਰਨਾ ਪਵੇਗਾ। ਮਹਾ ਤੇਜ ਤੇਜੰ ਮਹਾ ਜਵਾਲ ਜਵਾਲੰ ਮਹਾ ਤੰਤਰ ਮੰਤਰੰ ਮਹਾ ਕਾਲ ਕਾਲੰ। ਮਹਾ ਤੇਜ ਤੇਜੰ, ਜਿਹੜਾ ਪ੍ਰਕਾਸ਼ ਦਾ ਵੀ ਪ੍ਰਕਾਸ਼ਮਾਨ ਸਰੂਪ ਹੈ, ਭਾਵ ਚਾਨਣ ਤੋਂ ਵੀ ਕਿਤੇ ਵੱਧ ਤੇਜ ਉਹਦਾ ਪ੍ਰਕਾਸ਼, ਐਡਾ ਕੁ ਪ੍ਰਚੰਡ ਹੈ ਕਿ ਜਿਹਨੂੰ ਦੱਸਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਮਹਾ ਜਵਾਲ ਜਵਾਲੰ, ਜਿਵੇਂ ਜਵਾਲਾ ਬਲਦੀ ਹੈ, ਅੱਗ ਬਲਦੀ ਹੈ, ਸੋ ਮਹਾ ਅਗਨੀਆਂ ਦੀ ਵੀ ਮਹਾ ਅਗਨੀ, ਜਵਾਲਾ ਦੀ ਵੀ ਮਹਾ ਜਵਾਲਾ, ਭਾਵ ਹਨੇਰੇ ਨੂੰ ਦੂਰ ਕਰਨ ਵਾਸਤੇ ਜੋਤ ਜਗਾਈ ਜਾਂਦੀ ਹੈ ਨਾ, ਚਾਨਣ ਦਾ ਪ੍ਰਤੀਕ ਹੈ ਜੋਤ। ਇਸੇ ਤਰ੍ਹਾਂ ਪ੍ਰਕਾਸ਼ ਜਿਹੜਾ ਹੈ, ਤੇਜ ਹੈ, ਉਹ ਵੀ ਹਨੇਰਾ ਦੂਰ ਕਰਕੇ ਚਾਨਣ ਵਾਸਤੇ ਹੈ। ਅਤੇ ਸੰਗਤ ਜੀ, ਜੇਕਰ ਮਨੁੱਖੀ ਜੀਵਨ ਦੇ ਅੰਦਰ ਆਪਾਂ ਉਦਾਹਰਨ ਲੈਣੀ ਹੋਵੇ, ਅਤੇ ਰਾਤ ਦੇ ਸਮੇਂ ਦੇ ਅੰਦਰ ਆਪਾਂ ਇਸ ਕਮਰੇ 'ਚ ਬੈਠੇ ਹੋਈਏ, ਅਤੇ ਜੇ ਬੱਤੀ ਨਾ ਜਗਦੀ ਹੋਵੇ, ਲਾਈਟ ਨਾ ਹੋਵੇ, ਅਤੇ ਆਪਾਂ ਆਪਣੀਆਂ ਜਿਹੜੀਆਂ ਸੁੱਖ ਸਾਧਨ ਦੀਆਂ ਇਕੱਠਾ ਕੀਤੀਆਂ ਚੀਜ਼ਾਂ ਨੇ, ਕੋਈ ਸੋਫਾ ਹੈ, ਕੋਈ ਬੈੱਡ ਹੈ, ਕੋਈ ਟੇਬਲ ਕੁਰਸੀ ਹੈ, ਅਸੀਂ ਉਹਨਾਂ 'ਚ ਹੀ ਵੱਜਦੇ ਫਿਰਦੇ ਹਾਂ। ਉਹਦਾ ਕਾਰਨ ਕੀ ਹੈ? ਕਿਉਂਕਿ ਸਾਨੂੰ ਪਤਾ ਹੈ ਕਿੱਥੇ ਕਿੱਥੇ ਕਿਹੜੀ ਚੀਜ਼ ਰੱਖੀ ਹੈ, ਲੈ ਕੇ ਵੀ ਅਸੀਂ ਆਪ ਆਏ ਹਾਂ, ਘਰ ਵੀ ਸਾਡਾ ਹੈ, ਪਰ ਉਹਦਾ ਕਾਰਨ ਇਹ ਹੈ ਕਿ ਚਾਨਣ ਨਹੀਂ, ਹਨੇਰੇ ਦੇ ਵਿੱਚ ਅਸੀਂ ਉਹਨਾਂ 'ਚ ਵੱਜਦੇ ਹਾਂ, ਅਤੇ ਜਦੋਂ ਚਾਨਣ ਹੋ ਜਾਂਦਾ ਹੈ, ਲਾਈਟ ਜਗ ਪੈਂਦੀ ਹੈ, ਫਿਰ ਉਹ ਚੀਜ਼ਾਂ ਆਪੋ ਆਪਣੀ ਜਗ੍ਹਾ 'ਤੇ ਪਈਆਂ ਰਹਿੰਦੀਆਂ ਨੇ, ਅਤੇ ਆਪਾਂ ਆਪਣੇ ਕਾਰਜ ਕਰਦੇ ਰਹਿੰਦੇ ਹਾਂ, ਕਦੇ ਵੀ ਉਹਨਾਂ ਦੇ ਨਾਲ ਟਕਰਾਉਂਦੇ ਨਹੀਂ। ਇਸੇ ਤਰ੍ਹਾਂ ਉਹ ਪਰਮਾਤਮਾ ਵਾਹਿਗੁਰੂ ਨਿਰੰਕਾਰ ਜੀ ਸਮਝਾ ਰਹੇ ਨੇ ਕਿ ਜਿਹੜਾ ਤੇਰਾ ਮਨ ਹੈ, ਜਿਹੜੀ ਤੇਰੀ ਆਤਮਾ ਹੈ, ਉਹਦੇ ਵਾਸਤੇ ਨਾਮ ਰੂਪੀ ਚਾਨਣ, ਨਾਮ ਰੂਪੀ ਤੇਜ, ਪ੍ਰਕਾਸ਼ ਦੀ ਜੋਤ ਦੀ ਲੋੜ ਹੈ। ਅਤੇ ਜੇਕਰ ਤੇਰੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਚਾਨਣ ਨਹੀਂ, ਉਹਦਾ ਪ੍ਰਕਾਸ਼ ਨਹੀਂ, ਅਤੇ ਫਿਰ ਤੂੰ ਐਵੇਂ ਹੈ ਜਿਵੇਂ ਹਨੇਰੇ 'ਚ ਬਾਹਰ ਠੋਕਰਾਂ ਖਾਂਦਾ ਫਿਰਦਾ ਹੈ, ਇਸੇ ਤਰ੍ਹਾਂ ਤੇਰਾ ਮਨ ਅੰਦਰ ਠੋਕਰਾਂ ਖਾਂਦਾ ਫਿਰਦਾ ਹੈ। ਅਤੇ ਤੁਸੀਂ ਸੰਗਤ ਜੀ ਮੇਰੀ ਇਸ ਗੱਲ ਦੇ ਨਾਲ ਜ਼ਰੂਰ ਥੋੜ੍ਹਾ ਬਹੁਤਾ ਸਹਿਮਤ ਹੋਵੋਗੇ ਕਿ ਕਈ ਵਾਰ ਪੈਸਾ ਟਕਾ ਵੀ ਬਹੁਤ ਹੈ, ਘਰ ਪਰਿਵਾਰ ਵੀ ਚੰਗਾ ਹੈ, ਬੱਚੇ ਵੀ ਆਗਿਆਕਾਰ ਨੇ, ਬਿਜ਼ਨਸ ਵੀ ਬੜੇ ਤਕੜੇ ਨੇ, ਪਰ ਜਦੋਂ ਗੱਲ ਕਰਕੇ ਦੇਖ ਲਈਏ ਤਾਂ ਆਪਾਂ ਕਹਿੰਦੇ ਜੀ ਮਨ ਨੂੰ ਟਿਕਾ ਨਹੀਂ ਆਉਂਦਾ, ਸ਼ਾਂਤੀ ਨਹੀਂ ਮਿਲਦੀ, ਰਾਤ ਨੂੰ ਸੌਣ ਵਾਸਤੇ ਨੀਂਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਨੇ, ਕੋਈ ਨਸ਼ਿਆਂ ਦਾ ਸਹਾਰਾ ਲੈਣਾ ਪੈਂਦਾ ਹੈ, ਅਤੇ ਕੋਈ TV ਵੱਡੇ ਵੱਡੇ ਲਾ ਲੈਣੇ, ਕੋਈ ਕਿਤੇ ਜਾਂਦਾ ਹੈ, ਕੋਈ ਜਿੰਮ ਜਾਂਦਾ ਹੈ, ਕੋਈ ਕਲੱਬ ਜਾਂਦਾ ਹੈ, ਭਾਵ ਕਿ ਅਸੀਂ ਮਨ ਨੂੰ
ਟਿਕਾਉਣਾ ਚਾਹੁੰਦੇ ਹਾਂ ਕਿ ਕਿਤੇ ਫਿਰ ਟੁਰ ਕੇ ਕੋਈ ਵਧੀਆ ਖਾਣਾ ਖਾ ਕੇ ਕੋਈ ਨਸ਼ੇ ਦਾ ਸੇਵਨ ਕਰਕੇ ਸਾਨੂੰ ਜਿਹੜੀ ਹੈ ਉਹ ਸ਼ਾਂਤੀ ਮਿਲ ਜਾਵੇ, ਸਾਡਾ ਮਨ ਟਿਕ ਜਾਵੇ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸੰਗਤ ਜੀ ਮਨ ਟਿਕਦਾ ਨਹੀਂ। ਉਹ ਘੜੀ ਪਲ ਕੁ ਜਿਹੜਾ ਸਾਨੂੰ ਲੱਗਦਾ ਹੈ ਕਿ ਅਸੀਂ ਉਹ ਚੀਜ਼ਾਂ ਤੋਂ, ਫਿਕਰਾਂ ਤੋਂ ਛੁਟਕਾਰਾ ਲੈ ਲਿਆ, ਪਰ ਉਹ ਫਿਕਰ ਸਾਨੂੰ ਖਾਈ ਜਾਂਦੇ ਨੇ ਦਿਨ ਰਾਤ। ਅਤੇ ਉੱਥੇ ਬੈਠੇ ਵੀ ਅਸੀਂ ਇਹੀ ਸੋਚੀ ਜਾਂਦੇ ਹਾਂ ਕਿ ਕੱਲ੍ਹ ਦਾ ਦਿਨ ਫਿਰ ਚੜ੍ਹਨ ਵਾਲਾ ਹੈ ਅਤੇ ਇਹ ਸਾਰੇ ਝੰਝਟ ਕੱਲ੍ਹ ਤੋਂ ਫਿਰ ਸ਼ੁਰੂ ਹੋਣੇ ਨੇ। ਹੁੰਦਾ ਹੈ ਨਾ ਇਸ ਤਰ੍ਹਾਂ? ਹੁਣ ਵੀਕਐਂਡ 'ਤੇ ਤੁਸੀਂ ਦੇਖ ਲਓ ਬਾਹਰਲੇ ਮੁਲਕਾਂ 'ਚ, ਖਾਸ ਕਰਕੇ ਸ਼ੁੱਕਰਵਾਰ ਦਾ ਦਿਨ ਵਿਆਹ ਦੀ ਤਰ੍ਹਾਂ ਬੀਤਦਾ ਹੈ ਕਿ ਅੱਜ ਆਖਰੀ ਦਿਨ ਹੈ ਹਫ਼ਤੇ ਦਾ ਅਤੇ 2 ਦਿਨ ਜਿਹੜੀ ਹੈ ਉਹ ਕੰਮਾਂ ਕਾਰਾਂ ਤੋਂ ਛੁੱਟੀ ਹੋਣੀ ਹੈ ਅਤੇ ਖਾ ਪੀ ਕੇ ਆਨੰਦ ਕਰੀਏ। ਪਰ ਉਹ ਖਾਣ ਪੀਣ ਵੇਲੇ ਵੀ ਸੁਰਤੀ ਲੱਗੀ ਰਹਿੰਦੀ ਹੈ ਕਿ ਸੋਮਵਾਰ ਮੰਡੇ ਚੜ੍ਹਨ ਵਾਲਾ ਹੈ ਅਤੇ ਮੰਡੇ ਤੋਂ ਫਿਰ ਉਹੀ ਹਫ਼ਤਾ ਚੱਲ ਪੈਣਾ। ਅਤੇ ਬੈਠੇ ਵੀ ਉਹਨਾਂ ਦੋਵਾਂ ਦਿਨਾਂ 'ਚੋਂ ਸੋਮਵਾਰ ਦੀਆਂ ਗੱਲਾਂ ਕਰੀ ਜਾਵਾਂਗੇ ਜੀ, ਕੰਮ 'ਤੇ ਜਾਣਾ ਹੈ, ਕੰਮ ਤੋਂ ਆਉਣਾ ਹੈ, ਕਹਿਣ ਤੋਂ ਭਾਵ ਕਿ ਵਧੀਆ ਪਕਵਾਨ ਵੀ ਨੇ, ਵਧੀਆ ਪਦਾਰਥ ਵੀ ਨੇ, ਵਧੀਆ ਸੁੱਖ ਸਾਧਨ ਵੀ ਨੇ, ਸਾਰਾ ਕੁਝ ਹੈ, ਪਰ ਮਨ ਫਿਰ ਨਹੀਂ ਟਿਕਦਾ, ਮਨ ਕਾਲਾ ਪੈਂਦਾ। ਪਰ ਇੱਥੇ ਸਤਿਗੁਰੂ ਜੀ ਫਿਰ ਦੱਸਦੇ ਨੇ ਕਿ ਉਹ ਵਾਹਿਗੁਰੂ, ਉਹ ਪਰਮਾਤਮਾ, ਉਹ ਨਿਰੰਕਾਰ ਦਾ ਨਾਮ ਸਿਮਰਨ ਹੀ ਹੈ ਜਿਹੜਾ ਤੇਰੇ ਮਨ ਨੂੰ ਉਹ ਸ਼ਾਂਤੀ ਦੇਵੇਗਾ। ਮਹਾ ਤੇਜ ਤੇਜੰਗ ਮਹਾ ਜਵਾਲ ਜਵਾਲੰਗ, ਅਤੇ ਉਹਦਾ ਪ੍ਰਕਾਸ਼ ਜਿਹੜੀ ਉਹਦੇ ਸੱਚ ਦੀ ਜਵਾਲਾ ਹੈ, ਜਿਹੜਾ ਸੱਚ ਦਾ ਪ੍ਰਕਾਸ਼ ਹੈ, ਉਹ ਤੇਰੇ ਮਨ ਦੇ ਹਨੇਰੇ ਨੂੰ ਦੂਰ ਕਰੇਗਾ। ਇਹ ਬਾਹਰੀ ਚੀਜ਼ਾਂ ਤੇਰੇ ਮਨ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦੀਆਂ। ਮਹਾਤੰਤਰ ਮੰਤਰੰ ਮਹਾਕਾਲ ਕਾਲੰ, ਜਿਹੜਾ ਤੰਤਰਾਂ ਦਾ ਤੰਤਰ ਹੈ, ਮੰਤਰਾਂ ਦਾ ਮੰਤਰ ਹੈ, ਕਾਲ ਦਾ ਵੀ ਮਹਾਕਾਲ ਸਰੂਪ ਹੈ, ਭਾਵ ਮੌਤ ਦਾ ਵੀ ਜਿਹੜਾ ਸਵਾਮੀ ਹੈ। ਜੇ ਅਸੀਂ ਕਹੀਏ ਕਿ ਜੀਵਨ ਨੂੰ ਖਾ ਜਾਣ ਵਾਲੀ ਮੌਤ ਹੈ, ਮੌਤ ਆ ਜਾਂਦੀ ਹੈ ਤੇ ਜੀਵਨ ਅੰਤ ਹੈ। ਤੇ ਇੱਥੇ ਸਤਿਗੁਰੂ ਜੀ ਦੱਸ ਰਹੇ ਨੇ ਕਿ ਮੌਤ ਨੂੰ ਵੀ ਆਪਣੇ ਕਾਬੂ 'ਚ ਰੱਖਣ ਵਾਲਾ, ਜੀਵਨ ਦੇਣ ਵਾਲਾ ਤੇ ਉਹੀ ਹੈ, ਤੇ ਜੀਵਨ ਲੈਣ ਵਾਲਾ ਜਿਹਨੇ ਮੌਤ ਬਣਾਈ ਹੈ, ਮੌਤ ਨੂੰ ਵੀ ਕਾਬੂ ਕਰਨ ਵਾਲਾ ਉਹ ਪਰਮਾਤਮਾ, ਕਾਲ ਦਾ ਵੀ ਮਹਾਕਾਲ ਸਰੂਪ ਉਹ ਵਾਹਿਗੁਰੂ ਨਿਰੰਕਾਰ ਆਪ ਹੈ, ਜਿਹਨੂੰ ਜਪਣਾ ਹੈ, ਜਿਹਦੇ ਨਾਲ ਜੁੜਨਾ ਹੈ। ਕਰੰਗ ਬਾਮ ਚਾਪਿਅੰ ਕਿਰਪਾਣੰ ਕਰਾਲੰ ਮਹਾ ਤੇਜ ਤੇਜੰ ਬਿਰਾਜੈ ਵਿਸਾਲੰ। ਕਰੰਗ ਬਾਮ ਚਾਪਿਅੰ ਕਿਰਪਾਣੰ ਕਰਾਲੰ, ਜਿਵੇਂ ਖੱਬੇ ਹੱਥ ਦੇ ਵਿੱਚ ਧਨੁਸ਼ ਫੜਿਆ ਹੋਵੇ ਅਤੇ ਸੱਜੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਵੇ, ਤਲਵਾਰ ਫੜੀ ਹੋਵੇ। ਮਹਾ ਤੇਜ ਤੇਜੰ ਬਿਰਾਜੈ ਵਿਸਾਲੰ, ਇੰਨਾ ਕੁ ਤੇਜ, ਐਡਾ ਕੁ ਪ੍ਰਕਾਸ਼ ਹੈ, ਬਿਰਾਜੈ ਅਤੇ ਐਵੇਂ ਬੈਠਾ ਹੈ ਵਿਸ਼ਾਲ ਰੂਪ ਧਾਰਨ ਕਰਕੇ, ਇੱਕ ਵੱਡਾ ਸਰੂਪ ਧਾਰਨ ਕਰਕੇ। ਇਉਂ ਪ੍ਰਤੀਤ ਹੁੰਦਾ ਹੈ ਕਿ ਦੁਸ਼ਮਣਾਂ ਨੂੰ, ਜ਼ਾਲਮਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਜਿੱਥੇ ਅੰਦਰੋਂ ਅਤੇ ਉੱਥੇ ਬਾਹਰੀ ਦੁਸ਼ਮਣਾਂ ਨੂੰ ਵੀ, ਉਹਨਾਂ ਨੂੰ ਖਤਮ ਕਰਨ ਵਾਸਤੇ ਦੋਵਾਂ ਹੱਥਾਂ ਦੇ ਵਿੱਚ ਸ਼ਸਤਰ ਨੇ, ਅਤੇ ਵਿਸ਼ਾਲ ਰੂਪ ਧਾਰਨ ਕਰਕੇ ਸਭ ਤੋਂ ਵੱਡਾ, ਸਭ ਤੋਂ ਵਿਸ਼ਾਲ ਉਹ ਪਰਮਾਤਮਾ ਉਹ ਬੈਠਾ ਨਜ਼ਰੀ ਪੈਂਦਾ। ਮਹਾਦਾੜ ਦਾੜੰ ਸੁਸੋਹੰ ਅਪਾਰੰ ਜਿਨੇ ਚਰਬੀਅੰ ਜੀਵ ਜਾਗਿਅੰ ਹਜ਼ਾਰੰ। ਉਹ ਪਰਮਾਤਮਾ ਜਿਹੜਾ ਦਾੜਾਂ ਦਾ ਵੀ ਮਹਾਦਾੜ ਹੈ, ਭਾਵ ਦੜ ਦੇਣ ਵਾਲਾ, ਖਤਮ ਕਰ ਦੇਣ ਵਾਲਾ, ਮਸਲ ਦੇਣ ਵਾਲਾ, ਰਗੜ ਦੇਣ ਵਾਲਾ, ਉਹਨਾਂ ਨੂੰ ਵੀ ਰਗੜਨ ਵਾਲਾ, ਜਿਨ੍ਹਾਂ ਨੂੰ ਇੰਨਾ ਕੁ ਬਲ ਦਿੱਤਾ ਹੈ ਕਿ ਜਿਹੜੇ ਰਗੜ ਸਕਦੇ ਨੇ, ਤੋੜ ਸਕਦੇ ਨੇ, ਦੜ ਸਕਦੇ ਨੇ, ਉਹਨਾਂ ਨੂੰ ਵੀ ਦੜਨ ਦੀ ਜਿਹੜੀ ਕੋਈ ਸ਼ਕਤੀ ਹੈ ਕਿਸੇ ਦੇ ਕੋਲ, ਅਤੇ ਉਹ ਪਰਮਾਤਮਾ ਉਹ ਵਾਹਿਗੁਰੂ ਨਿਰੰਕਾਰ ਹੈ, ਅਤੇ ਆਪ ਉਹ ਐਸਾ ਵਿਸ਼ਾਲ ਰੂਪ ਸੁਭਾਈਮਾਨ ਹੈ। ਮਹਾਦਾੜ ਦਾੜਨ ਉਹ ਪਰਮਾਤਮਾ ਜਿਹੜਾ ਅਪਾਰ ਰੂਪ ਦੇ ਵਿੱਚ ਹੈ, ਅਤੇ ਉਸ ਤੋਂ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਸੋਹੰ ਅਪਾਰੰ ਅਪਰਮ ਅਪਾਰ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਦੂਜੇ ਪਾਰ ਨੂੰ ਪਾਇਆ ਨਹੀਂ ਜਾ ਸਕਦਾ, ਇਸ ਤਰੀਕੇ ਦੇ ਨਾਲ ਸੋਭ ਰਿਹਾ ਹੈ, ਸੋਹਣਾ ਲੱਗਦਾ ਹੈ। ਜਿਨੇ ਚਰਬੀਅੰ ਜੀਵ ਜਗਿਅੰ ਹਜ਼ਾਰੰ, ਅਤੇ ਜਿਹੜੇ ਦੂਸਰੇ ਮਤਾਂ ਦੇ ਲੋਕ ਸਨ, ਉਹ ਜੱਗਾਂ ਨੂੰ ਕਰਦੇ ਨੇ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ, ਧੂਣੀਆਂ ਤਿਖਾਉਂਦੇ ਨੇ ਅਤੇ ਜਾਨਵਰਾਂ ਦੀਆਂ ਬਲੀਆਂ ਦਿੰਦੇ ਨੇ, ਅਤੇ ਸਤਿਗੁਰੂ ਜੀ ਇੱਥੇ ਦੱਸਦੇ ਨੇ ਕਿ ਜਿਨੇ ਚਰਬੀਅੰ ਜੀਵ ਜਗਿਅੰ ਹਜ਼ਾਰੰਗ, ਅਤੇ ਉਹ ਪਰਮਾਤਮਾ ਜਿਹਨੂੰ ਪ੍ਰਸੰਨ ਕਰਨ ਵਾਸਤੇ ਅਨੇਕਾਂ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ, ਪਰ ਉਹ ਇਹਨਾਂ ਚੀਜ਼ਾਂ ਤੋਂ ਪ੍ਰਸੰਨ ਨਹੀਂ ਹੁੰਦਾ, ਉਹ ਇਹਨਾਂ ਨੂੰ ਬਣਾਉਣ ਵਾਲਿਆਂ ਦਾ ਵੀ ਸਵਾਮੀ ਉਹ ਹੈ, ਅਤੇ ਜਿਹਦੀਆਂ ਬਲੀਆਂ ਦੇ ਰਹੇ ਨੇ ਉਹ ਵੀ ਤਾਂ ਉਹਦੇ ਬਣਾਏ ਹੋਏ ਨੇ ਨਾ। ਤੇਰਾ ਤੁਝਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ, ਸਾਡਾ ਕੁਝ ਹੋਵੇ ਤਾਂ ਅਸੀਂ ਕਿਸੇ ਨੂੰ ਦਈਏ ਨਾ।
ਅਸੀਂ ਤਾਂ ਆਪ ਉਹਦੇ ਬਣਾਏ ਹੋਏ ਹਾਂ, ਜੀਵ ਜੰਤੂ ਉਹਦੇ ਬਣਾਏ ਹੋਏ ਨੇ, ਅਤੇ ਫਿਰ ਉਹਦੀਆਂ ਵਸਤਾਂ ਉਹਦੇ ਅੱਗੇ ਰੱਖ ਕੇ ਜੇ ਅਸੀਂ ਕਹੀਏ ਕਿ ਪਰਮਾਤਮਾ ਸਾਡੇ ਤੇ ਖੁਸ਼ ਹੋ ਜਾਵੇ, ਭਾਈ ਕਿਸੇ ਦੀ ਚੀਜ਼ ਹੈ ਕਿਸੇ ਨੂੰ ਦੇ ਦਿੱਤੀ ਤੇ ਉਹ ਤੇ ਇਹੀ ਕਹੇਗਾ ਨਾ ਵੀ ਮੇਰੀ ਸੀ ਮੈਨੂੰ ਦੇਤੀ ਹੈ, ਤੇ ਤੂੰ ਫਿਰ ਕੀ ਲੱਗਦਾ ਇਹਦਾ। ਇਸੇ ਤਰ੍ਹਾਂ ਸਤਿਗੁਰੂ ਜੀ ਇੱਥੇ ਦੱਸ ਰਹੇ ਨੇ ਕਿ ਉਸ ਪਰਮਾਤਮਾ ਨੂੰ ਖੁਸ਼ ਕਰਨ ਦੇ ਯਤਨ ਕਰ ਰਹੇ ਨੇ, ਪਰ ਉਹ ਜਿਹੜਾ ਅਨੇਕਾਂ ਹੀ ਹਜ਼ਾਰਾਂ ਹੀ ਜੱਗਾਂ ਦੇ ਵਿੱਚ ਜੀਵਾਂ ਨੂੰ ਜਿਹੜਾ ਹੈ ਜੱਗ ਦੀ ਬਲੀ ਦੇ ਵਿੱਚ ਚੜਾਇਆ ਗਿਆ, ਤੇ ਉਹ ਪਰਮਾਤਮਾ ਸਭ ਦਾ ਮਾਲਕ, ਸਭ ਦਾ ਸਰੂਪ, ਉਹ ਆਪ ਨਿਰੰਕਾਰ ਹੈ, ਜਿਸ ਦੇ ਅੱਗੇ ਇਹ ਸਾਰੀਆਂ ਚੀਜ਼ਾਂ ਭੇਟਾ ਕੀਤੀਆਂ ਜਾਂਦੀਆਂ। ਡਮਾਡੰਡ ਡੌਰੂ ਸਿਸਾ ਤੇ ਤਛਤ੍ਰੰ ਹਾ ਹਾ ਹੂ ਹੂ ਹਾਸਿੰ ਚਮਾ ਚਮ ਯਤ੍ਰੰ ਮਹਾ ਘੋਰ ਸਬਦੰ ਬਜੇ ਸੰਖ ਐਸੰ ਪ੍ਰਲੈ ਕਾਲ ਕੇ ਕਾਲ ਕੀ ਜਵਾਲ ਜੈਸੰ। ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਇੱਥੇ ਦੱਸ ਰਹੇ ਨੇ ਕਿ ਜਿਵੇਂ ਡਮਰੂ ਵੱਜਦਾ ਹੈ ਨਾ ਡਗਾ ਡਗ ਕਰਕੇ, ਇਸ ਤਰੀਕੇ ਦੇ ਨਾਲ ਲੱਗਦਾ ਕਿ ਉਸ ਪਰਮਾਤਮਾ ਦੇ ਜਦੋਂ ਉਹ ਰੂਪ ਧਾਰਨ ਕਰਦਾ ਹੈ, ਮੈਦਾਨੇ ਜੰਗ 'ਚ ਉਤਰਦਾ ਹੈ ਕਿ ਹਜ਼ਾਰਾਂ ਡੌਰੂ ਵੱਜਦੇ ਹੋਣ, ਚਿੱਟੇ ਕਾਲੇ ਡਮਾ ਡਮ ਕਰਦੇ, ਐਸੇ ਉਸ ਪਰਮਾਤਮਾ ਦੇ ਆਗਮਨ 'ਤੇ ਡੌਰੂ ਵੱਜ ਰਹੇ ਹੋਣ। ਹਾ ਹਾ ਹੂ ਹੂ ਹਾ ਸਿੰ ਝਮਾ ਝਮ ਅਤਰੰ, ਕਿ ਇਉਂ ਹਾਸਾ ਬਿਖੇਰ ਦਿੱਤਾ ਹੈ ਪੌਣਾਂ ਦੇ ਵਿੱਚ, ਮਹਿਸੂਸ ਹੁੰਦਾ ਹੈ ਕਿ ਹਵਾ ਹੱਸ ਰਹੀ ਹੈ ਖਿੜ ਖਿੜਾ ਕੇ, ਜਦੋਂ ਉਹ ਪਰਮਾਤਮਾ ਉਹ ਵਾਹਿਗੁਰੂ ਉਹ ਰੂਪ ਧਾਰ ਕਰਦਾ ਹੈ। ਮਹਾ ਘੋਰ ਸ਼ਬਦੰ ਬਜੇ ਸੰਖ ਐਸੰ, ਅਤੇ ਐਸੇ ਘੋਰ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ, ਸੰਖ ਵੱਜ ਰਹੇ ਨੇ, ਇਉਂ ਮਹਿਸੂਸ ਹੁੰਦਾ ਹੈ ਕਿ ਬਹੁਤ ਵੱਡਾ ਨਿਰੰਕਾਰ ਪਰਮਾਤਮਾ ਦਾ ਸਰੂਪ ਉਹ ਪ੍ਰਗਟ ਹੋਣ ਵਾਲਾ ਹੈ। ਪ੍ਰਲੈ ਕਾਲ ਕੇ ਕਾਲ ਕੀ ਜਵਾਲ ਜੈਸੰ, ਅਤੇ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਹੁਣੇ ਪਲ ਦੇ ਵਿੱਚ ਪਰਲੋ ਆ ਜਾਵੇਗੀ। ਕਾਲ ਕੇ ਕਾਲ ਕੀ ਜਵਾਲ ਜੈਸੰ, ਅਤੇ ਕਾਲ ਦੇ ਵੀ ਕਾਲ ਦਾ ਮਹਾਕਾਲ ਸਰੂਪ ਪਰਮਾਤਮਾ ਐਸਾ ਹੈ ਕਿ ਕਾਲ ਕੀ ਜਵਾਲ ਜੈਸੰ, ਕਿ ਮਹਾਕਾਲ ਸਰੂਪ ਜਵਾਲਾ ਰੂਪ ਪਰਮਾਤਮਾ ਪ੍ਰਗਟ ਹੋ ਰਿਹਾ ਹੈ, ਭਾਵ ਇਸ ਸਭ ਸ੍ਰਿਸ਼ਟੀ ਦਾ ਮਾਲਕ, ਚੰਗੇ ਮਾੜੇ ਸਭ ਗੁਣਾਂ ਨੂੰ ਬਣਾਉਣ ਵਾਲਾ, ਸਭ ਨੂੰ ਖਤਮ ਕਰ ਦੇਣ ਵਾਲਾ, ਅਤੇ ਸਭ ਦਾ ਕਾਲ ਦਾ ਵੀ ਮਹਾਕਾਲ ਸਰੂਪ ਪਰਮਾਤਮਾ ਹੈ। ਸੋ ਇੱਥੇ ਸੰਗਤ ਜੀ, ਸਤਿਗੁਰ ਨੇ ਇਹ ਨਹੀਂ ਕਿਹਾ ਕਿ ਉਹ ਪਰਮਾਤਮਾ ਜਦੋਂ ਆਉਂਦਾ ਹੈ ਤਾਂ ਇਹ ਸਭ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ, ਪਰ ਦੂਸਰੇ ਮਤਾਂ ਦੇ ਅੰਦਰ, ਦੂਸਰੇ ਧਰਮਾਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਮੰਨਿਆ ਜਾਂਦਾ ਸੀ ਕਿ ਸੰਖ ਵੱਜਦੇ ਨੇ ਅਤੇ ਐਂ ਹੁੰਦੀ ਹੈ ਜੀ, ਜਦੋਂ ਦੇਵੀ ਦੇਵਤੇ ਆਉਂਦੇ ਨੇ ਤਾਂ ਐਂ ਹੁੰਦੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਮਝਾ ਰਹੇ ਨੇ ਕਿ ਭਾਈ ਉਹ ਪਰਮਾਤਮਾ ਜਿਹੜਾ ਕਾਲ ਦਾ ਵੀ ਮਹਾਕਾਲ ਸਰੂਪ ਹੈ, ਉਹਦੀਆਂ ਇਹ ਸਭ ਚੀਜ਼ਾਂ ਉਹਦੇ ਅੱਗੇ ਜਿਹੜੀਆਂ ਉਹ ਛੋਟੀਆਂ ਜਾਪਦੀਆਂ ਨੇ, ਕਿ ਜਦੋਂ ਉਹ ਸਾਕਸ਼ਾਤ ਪਰਮਾਤਮਾ ਆਪ ਪ੍ਰਗਟ ਹੋ ਜਾਂਦਾ ਹੈ, ਫਿਰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਜਿਹੜੇ ਕਿਸੇ ਛੋਟੇ ਭਾਵ ਕਿਸੇ ਦੇਵੀ ਦੇਵਤੇ ਦੇ ਕਰਕੇ ਤੁਸੀਂ ਐਡੀ ਪੂਜਾ ਕਰਦੇ ਹੋ, ਪਰ ਉਹ ਕਾਲ ਦਾ ਵੀ ਮਹਾਕਾਲ ਸਰੂਪ ਹੈ। ਅਤੇ ਜਦੋਂ ਉਹ ਪ੍ਰਗਟ ਹੁੰਦਾ ਹੈ ਤਾਂ ਮੈਨੂੰ ਇਉਂ ਲੱਗਦਾ ਹੈ ਕਿ ਇੱਕ ਐਸਾ ਵਿਸ਼ਾਲ, ਇੱਕ ਐਸਾ ਸਰਵ ਸ਼ਕਤੀਮਾਨ ਨਿਰੰਕਾਰ ਆਪ ਆ ਗਿਆ ਹੈ, ਅਤੇ ਉਹਦੇ ਆਗਮਨ ਦੇ ਵਿੱਚ ਹਵਾ ਵੀ ਜਿਹੜੀ ਹੈ ਖਿੜਖਿੜਾ ਕੇ ਹੱਸ ਰਹੀ ਹੈ, ਇਉਂ ਲੱਗਦਾ ਹੈ ਕਿ ਜਿਵੇਂ ਹਜ਼ਾਰਾਂ ਡਮਰੂ ਵੱਜ ਰਹੇ ਹੋਣ। ਇੱਥੇ ਇੱਕ ਸਿਰਫ ਭਾਵਨਾ ਨੂੰ ਸਮਝਣ ਦੀ ਗੱਲ ਹੈ ਸੰਗਤ ਜੀ, ਇੱਥੇ ਇਹ ਨਹੀਂ ਕਿ ਡਮਰੂ ਵਜਾਉਣ ਦੇ ਨਾਲ ਪਰਮਾਤਮਾ ਆ ਜਾਂਦਾ ਹੈ, ਪਰ ਕਿਸੇ ਚੀਜ਼ ਨੂੰ ਪ੍ਰਗਟ ਕਰਨ ਵਾਸਤੇ ਆਪਾਂ ਨੂੰ ਕੋਈ ਉਦਾਹਰਣ ਦੇਣੀ ਪੈਂਦੀ ਹੈ। ਸੋ ਮੈਂ ਅੱਗੇ ਵੀ ਬਹੁਤ ਵਾਰ ਸੰਗਤ ਦੇ ਨਾਲ ਇਹ ਵਚਨ ਸਾਂਝੇ ਕਰ ਚੁੱਕਾ ਕਿ ਕਈ ਵਾਰ ਕੋਈ ਗੁਰਮੁਖ ਐਸੇ ਹੁੰਦੇ ਨੇ ਕਿ ਜਿਹੜੇ ਬੜੀ ਸੇਵਾ ਭਾਵਨਾ ਕਰਦੇ ਨੇ, ਬੜੀ ਉਹਨਾਂ 'ਚ ਨਿਮਰਤਾ ਹੁੰਦੀ ਹੈ, ਬਾਣੀ ਵੀ ਪੜ੍ਹਦੇ ਨੇ, ਅਤੇ ਹਰ ਇੱਕ ਦੇ ਨਾਲ ਬੜੇ ਪਿਆਰ ਸਤਿਕਾਰ ਨਾਲ ਬੋਲਦੇ ਨੇ, ਅਤੇ ਫਿਰ ਆਪਾਂ ਸਹਿਜ ਸੁਭਾਅ ਹੀ ਇਹ ਸ਼ਬਦ ਵਰਤ ਲੈਂਦੇ ਹਾਂ ਕਿ ਇਹ ਤਾਂ ਰੱਬ ਸਰੂਪ ਹੀ ਹੈ ਜੀ, ਇਹ ਤਾਂ ਸੰਤ ਸਰੂਪ ਹੀ ਹੈ, ਜਾਂ ਇਹ ਬੀਬੀ ਤਾਂ ਬਿਲਕੁਲ ਵਾਹਿਗੁਰੂ ਨਿਰੰਕਾਰ ਸਰੂਪ ਹੀ ਹੈ, ਕਿਉਂਕਿ ਐਡੀ ਨਿਮਰਤਾ, ਐਡੀ ਇਹਦੇ ਅੰਦਰ ਹਲੀਮੀ, ਇੰਨਾ ਵਾਹਿਗੁਰੂ ਦਾ ਸਤਿਕਾਰ। ਸੋ ਉਹ ਕੇਵਲ ਅਸੀਂ ਉਸਦੀ ਇੱਕ ਉਸਤਤ ਵਾਸਤੇ ਸ਼ਬਦ ਵਰਤ ਲੈਂਦੇ ਹਾਂ, ਉਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਉਹ ਬੀਬੀ ਜਾਂ ਉਹ ਭਾਈ ਜਿਹੜਾ ਉਹ ਫਿਰ ਵਾਹਿਗੁਰੂ ਬਣ ਗਿਆ ਜਾਂ ਉਹ ਰੱਬ ਬਣ ਗਿਆ, ਅਸੀਂ ਉਹਨੂੰ ਕਹਿ ਦਿੱਤਾ, ਨਹੀਂ, ਉਹ ਕੇਵਲ ਅਸੀਂ ਉਹਦੇ ਗੁਣਾਂ ਦਾ ਬਖਾਨ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਉਦਾਹਰਨ ਵਜੋਂ ਲੈ ਲੈਂਦੇ ਹਾਂ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਿਰ ਉਹ ਪਰਮਾਤਮਾ ਦੇ ਗੁਣਾਂ ਨੂੰ ਬਖਾਨ ਕਰਨ ਵਾਸਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਸਾਨੂੰ ਉਹ ਸਮਝਾ ਰਹੇ ਹਨ। ਰਸਾਵਲ ਛੰਦ
ਤੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ ਕਿ ਰਸਾਵਲ ਛੰਦ ਦੇ ਰੂਪ ਦੇ ਵਿੱਚ ਉਸ ਪਰਮਾਤਮਾ ਦੀ ਉਸਤਤੀ ਕਰ ਰਹੇ ਹਨ। ਕਣੰਗ ਕੰਠ ਬਾਜੰ ਤੁਣੰਗ ਮੇਘ ਲਾਜੰ ਭਇਓ ਸਦ ਏਵੰ ਹੜਿਓ ਨੀਰ ਤੇਵੰ ਕੁਰੰਗ ਕੁੰਗੁਰੇਅੰ ਤੁਣੰਗ ਨਿਰਵਰੇਅੰ ਮਹਾਨਾਦ ਨਾਦੰ ਸੁਰੰਗ ਨਿਰਵਖਿਆਦੰ। ਅਤੇ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ ਕਣੰਗ ਕੰਠ ਬਾਜੰ ਤੁਣੰਗ ਮੇਘ ਲਾਜੰ ਕਿ ਉਹ ਪਰਮਾਤਮਾ ਉਹ ਵਾਹਿਗੁਰੂ ਜਦੋਂ ਪ੍ਰਗਟ ਹੁੰਦਾ ਹੈ ਉਹ ਲੱਗਦਾ ਹੈ ਕਿ ਜਿਵੇਂ ਕਣੰਗ ਘੰਟ ਬਾਜੰ ਕੇ ਅਨੇਕਾਂ ਹੀ ਘੰਟੀਆਂ ਵੱਜ ਰਹੀਆਂ ਹੋਣ, ਅਨੇਕਾਂ ਹੀ ਜਿਹੜੇ ਨੇ ਉਹ ਘੜਿਆਲ ਖੜਕਾਏ ਜਾ ਰਹੇ ਹੋਣ ਅਤੇ ਉਹਨਾਂ ਦੀ ਧੁੰਨ ਸੁਣ ਕੇ ਜਿਹੜੇ ਨੇ ਉਹ ਬੱਦਲ ਗੱਜ ਗੱਜ ਕੇ ਆ ਗਏ ਨੇ, ਬੱਦਲ ਘਿਰ ਕੇ ਆ ਗਏ ਨੇ, ਬੱਦਲ ਲੱਥ ਆਏ ਨੇ, ਭਾਵ ਕਿ ਜਿਵੇਂ ਬੱਦਲ ਇੱਕ ਦੂਜੇ ਦੇ ਨਾਲ ਵੱਜਦੇ ਨੇ ਅਤੇ ਆਵਾਜ਼ ਕਰਦੇ ਨੇ ਨਾ, ਅਤੇ ਆਪਾਂ ਕਹਿ ਦਿੰਦੇ ਹਾਂ ਕਿ ਭਾਈ ਬੱਦਲ ਜਿਹੜੇ ਨੇ ਇੱਕ ਦੂਸਰੇ ਦੇ ਵਿੱਚ ਉਹ ਵੱਜ ਰਹੇ ਨੇ, ਖੜਕਾ ਕਰ ਰਹੇ ਨੇ, ਅਤੇ ਜਦੋਂ ਬੱਦਲ ਆਪਸ ਵਿੱਚ ਭਿੜਦੇ ਨੇ ਤਾਂ ਬਹੁਤ ਉੱਚੀ ਆਵਾਜ਼ ਆਉਂਦੀ ਹੈ ਅਤੇ ਕਈ ਵਾਰ ਜਿਹੜੇ ਆਪਾਂ ਸੁਣਦੇ ਸੀ ਅਤੇ ਬੈਠੇ ਡਰ ਵੀ ਜਾਂਦੇ ਹਾਂ ਕਿ ਏਡੇ ਜ਼ੋਰ ਦੀ ਆਵਾਜ਼। ਅਤੇ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਇੱਕ ਉਸ ਪਰਮਾਤਮਾ ਦੇ ਆਗਮਨ ਦਾ ਚਿਤਰਨ ਖਿੱਚ ਰਹੇ ਨੇ ਕਿ ਉਸ ਪਰਮਾਤਮਾ ਦੇ ਆਉਣ 'ਤੇ ਜਦੋਂ ਫਿਰ ਘੁੰਗਰੂ ਵੱਜਦੇ ਨੇ, ਡੌਰੂ ਵੱਜਦੇ ਨੇ, ਭਾਵ ਐਸੀ ਧੁਨੀ ਉਤਪੰਨ ਹੁੰਦੀ ਹੈ, ਐਸੇ ਘੜਿਆਲ ਵੱਜਦੇ ਨੇ ਕਿ ਉਹ ਬੱਦਲ ਵੀ ਸ਼ਰਮਿੰਦਾ ਹੋ ਜਾਂਦੇ ਨੇ ਕਿ ਸਾਡਾ ਸ਼ੋਰ ਤਾਂ ਕੁਛ ਵੀ ਨਹੀਂ, ਸਾਡਾ ਖੜਕਾਕ ਤਾਂ ਕੁਛ ਵੀ ਨਹੀਂ, ਪਰ ਉਹ ਪਰਮਾਤਮਾ ਦੇ ਪ੍ਰਗਟ ਹੋਣ 'ਤੇ ਜੋ ਉਹ ਧੁਨੀ ਪੈਦਾ ਹੋ ਰਹੀ ਹੈ ਉਹ ਕਿਤੇ ਮਹਾਨ, ਕਿਤੇ ਵੱਡੀ, ਕਿਤੇ ਉੱਚੀ ਹੈ। ਭਇਓ ਸਦ ਏਵੰ ਇੜਿਓ ਨੀਰ ਤੇਵੰ ਕੁਰੰ ਕੁੰਗੁਰੇਅੰ ਤੁਣੰ ਨਿਰਵਰੇਅੰ ਮਹਾਨਾਦ ਨਾਦੰ ਸੁਰੰ ਨਿਰਵਖਿਆਦੰ। ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਮਹਾਨਾਦ ਨਾਦੰ ਕਿ ਐਸਾ ਨਾਦ ਵੱਜ ਰਿਹਾ ਜਿਵੇਂ ਮਾਨੋ ਸਮੁੰਦਰ 'ਚ ਲਹਿਰਾਂ ਉੱਠ ਉੱਠ ਕੇ ਆਉਂਦੀਆਂ ਨੇ ਅਤੇ ਸਮੁੰਦਰ ਦੀਆਂ ਲਹਿਰਾਂ ਬੜੀਆਂ ਉੱਚੀਆਂ ਉੱਚੀਆਂ ਚੜ੍ਹ ਆਈਆਂ ਹੋਣ, ਜਿਵੇਂ ਸੁਨਾਮੀ ਆ ਗਈ ਹੈ। ਇਸ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਆਉਣ 'ਤੇ ਜਦੋਂ ਘੜਿਆਲ ਵੱਜਦੇ ਨੇ ਤਾਂ ਐਸੀ ਧੁਨੀ ਉਰਪਨ ਹੋ ਰਹੀ ਹੈ ਜਿਵੇਂ ਵੱਡੇ ਸਮੁੰਦਰ ਦੇ ਅੰਦਰ ਜਵਾਰ ਭਾਟੇ ਦੀ ਤਰ੍ਹਾਂ ਤਾਂ ਉਹਨੂੰ ਚੜ੍ਹ ਕੇ ਆ ਗਿਆ ਹੈ ਪਾਣੀ, ਅਤੇ ਉਹ ਸਮੁੰਦਰ ਦੇ ਅੰਦਰ ਜਿਹੜਾ ਹੈ ਇੱਕ ਐਸੀ ਵੱਡੀ ਲਹਿਰ ਉਤਪੰਨ ਹੋ ਗਈ ਹੋਵੇ ਅਤੇ ਐਸੇ ਸ਼ਬਦ ਗੂੰਜ ਰਹੇ ਨੇ ਉਸ ਪਰਮਾਤਮਾ ਦੇ ਆਗਮਨ 'ਤੇ ਅਤੇ ਘੁੰਗਰੂਆਂ ਦੀ ਆਵਾਜ਼ ਆ ਰਹੀ ਹੈ, ਘੁੰਗਰੂ ਛਣਕ ਰਹੇ ਨੇ, ਘੁੰਗਰੂਆਂ ਦੀ ਆਵਾਜ਼ ਮਹਿਸੂਸ ਹੋ ਰਹੀ ਹੈ। ਸੋ ਅਸਲ ਦੇ ਵਿੱਚ ਘੁੰਗਰੂ ਨਹੀਂ ਛਣਕ ਰਹੇ ਪਰ ਉਹ ਧੁਨੀ ਐਸੀ ਉਤਪੰਨ ਹੋ ਰਹੀ ਹੈ ਜਿਵੇਂ ਅਨੇਕਾਂ ਹੀ ਘੁੰਗਰੂਆਂ ਦੇ ਜਿਹੜੇ ਹਨ ਉਹ ਛਣਕਦੇ ਹੋਣ ਜਿਨ੍ਹਾਂ ਦੀ ਆਵਾਜ਼ ਆਉਂਦੀ ਹੋਵੇ। ਅਤੇ ਅਨੇਹੇ ਨਾਦਾਂ ਦੇ ਵਿੱਚ ਉਹ ਪਰਮਾਤਮਾ ਹਿੜਿਓ ਨੀਰ ਧੇਵੰ ਘੁੰਗਰੂ ਘੁਰੁੰਗ ਘੁੰਗਰੇਅੰ ਧੁਣੰਗ ਨਿਰਵਰੇਅੰ, ਅਤੇ ਐਸੀ ਧੁਨੀ ਉਤਪੰਨ ਹੋ ਰਹੀ ਹੈ, ਐਸਾ ਨਾਦ ਉਤਪੰਨ ਹੋ ਰਿਹਾ ਹੈ, ਮਹਾਨਾਦ ਨਾਦੰ ਸੁਰੰਗ ਨਿਰਵਖਿਆਦੰ, ਉਹ ਪਰਮਾਤਮਾ ਉਹ ਵਾਹਿਗੁਰੂ ਨਿਰੰਕਾਰ ਨਿਰਵਖਿਆਦੰ ਸੁਰੰਗ ਨਿਰਵਖਿਆਦੰ ਜਿਹੜਾ ਦੁੱਖਾਂ ਅਤੇ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਹੈ, ਐਸੀ ਧੁਨੀ ਐਸਾ ਸੁਰ ਸਰੂਪ ਉਹ ਪਰਮਾਤਮਾ ਪ੍ਰਗਟ ਹੋ ਰਿਹਾ ਹੈ ਜਿਹੜਾ ਸਭ ਦੁੱਖਾਂ ਕਲੇਸ਼ਾਂ ਨੂੰ ਉਹ ਨਾਸ਼ ਕਰ ਦਿੰਦਾ ਹੈ, ਸਭ ਨੂੰ ਖਤਮ ਕਰ ਦਿੰਦਾ ਹੈ। ਅਤੇ ਸਤਿਗੁਰੂ ਉਸ ਪਰਮਾਤਮਾ ਦੇ ਸਰੂਪ ਦਾ ਚਿਤਰਨ ਕਰ ਰਹੇ ਨੇ। ਸਿਰੰਗਮਾਲ ਰਾਜੰ ਲਖੇ ਰੁਦਰ ਲਾਜੰ ਸੁਬੇਚਾਰ ਚਿਤਰੰ ਪਰਮ ਪਵਿੱਤਰੰ ਮਹਾ ਗਰਜ ਗਰਜੰ ਸੁਣੈ ਦੂਤ ਲਰਜੰ ਸੁਵੰਗ ਸ੍ਰੋਣ ਸੋਹੰ ਮਹਾਮਾਨ ਮੋਹੰ। ਸਿਰੰਗਮਾਲ ਰਾਜੰ ਲਖੇ ਰੁਦਰ ਲਾਜੰ ਕਿ ਉਹ ਪਰਮਾਤਮਾ ਦੇ ਉਸ ਵਾਹਿਗੁਰੂ ਦੇ ਨਿਰੰਕਾਰ ਦੇ ਸਿਰ 'ਤੇ ਇੱਕ ਐਸੀ ਮਾਲਾ, ਸੁੰਦਰ ਮਾਲਾ ਸੋਭ ਰਹੀ ਹੈ ਕਿ ਜਿਹਨੂੰ ਦੇਖ ਕੇ ਰੁਦਰ ਵੀ ਸ਼ਰਮਾ ਜਾਂਦਾ ਹੈ। ਰੁਦਰ ਨੂੰ ਮੰਨਿਆ ਗਿਆ ਹੈ ਧਨਮਾਲ ਦੇ ਨਾਲ ਜੋੜਿਆ ਜਾਂਦਾ ਹੈ, ਅਤੇ ਪਰਮਾਤਮਾ ਜੀ ਇੱਥੇ ਚਿਤਰਨ ਖਿੱਚ ਰਹੇ ਨੇ ਕਿ ਉਹ ਰੁਦਰ ਵੀ ਉਸ ਪਰਮਾਤਮਾ ਦੇ ਸਰੀਰ ਦੇ ਉੱਪਰ ਉਸ ਪਾਈ ਹੋਈ ਮਾਲਾ ਨੂੰ ਦੇਖ ਕੇ ਜਿਹੜਾ ਹੈ ਉਹ ਸ਼ਰਮਾ ਜਾਂਦਾ ਹੈ ਕਿ ਇੰਨਾ ਸੁੰਦਰ ਸਰੂਪ, ਇੰਨਾ ਪ੍ਰਕਾਸ਼, ਇੰਨਾ ਤੇਜ। ਸੁਬੈਚਾਰ ਚਿਤਰੰ ਪਰਮੰ ਪਵਿੱਤਰੰ ਉਹ ਪਰਮਾਤਮਾ ਉਹ ਵਾਹਿਗੁਰੂ ਜਿਹਦੀ ਮੂਰਤ ਸੋਭਦੀ ਹੈ, ਜਿਹੜਾ ਪਰਮ ਅਤੇ ਪਵਿੱਤਰ ਹੈ, ਜਿਹੜਾ ਚੰਗਾ ਲੱਗਦਾ, ਜਿਹੜਾ ਸੁੰਦਰ ਲੱਗਦਾ, ਉਹ ਵਾਹਿਗੁਰੂ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਚਿਤਰਨ ਖਿੱਚ ਰਹੇ ਨੇ।
ਮਹਾ ਗਰਜ ਗਰਜੰ ਸੁਣੇ ਦੂਤ ਲਰਜੰ ਸਰਵਣੰ ਸਰੋਹਣ ਸੋਹੰ ਮਹਾਮਾਨ ਮੋਹੰ। ਮਹਾ ਗਰਜ ਗਰਜੰ ਤੇ ਐਸੀ ਗਰਜਨਾ ਹੈ ਕਿ ਵੱਡੇ ਵੱਡੇ ਤਾਕਤਵਰਾਂ ਦਾ ਵੀ ਤਾਕਤਵਰ ਸਵਾਮੀ ਸੁਣੇ ਦੂਤ ਲਰਜੰ। ਤੇ ਜਿਹੜੇ ਦੂਤ ਨੇ ਭਾਵੇਂ ਉਹ ਚੰਗੇ ਨੇ ਭਾਵੇਂ ਮਾੜੇ ਨੇ, ਦੇਵੀ ਦੇਵਤੇ ਰਾਕਸ਼ ਜਿੰਨੇ ਵੀ ਨੇ, ਉਹ ਪਰਮਾਤਮਾ ਦੇ ਦੂਤ ਜਿੰਨੇ ਵੀ ਹਨ, ਉਹ ਸਭ ਜਿਹੜੇ ਨੇ ਲਰਜੰਗ ਉਸ ਪਰਮਾਤਮਾ ਨੂੰ ਦੇਖ ਕੇ ਸ਼ਰਮਿੰਦਾ ਹੋ ਰਹੇ ਨੇ ਕਿ ਸਾਡੇ ਅੰਦਰ ਤਾਂ ਬਲ ਕੁਝ ਹੈ ਹੀ ਨਹੀਂ। ਜੋ ਤਾਕਤਾਂ ਜੋ ਬਲ ਜੋ ਸ਼ਕਤੀਆਂ ਦਾ ਅਸੀਂ ਮਾਣ ਕਰਦੇ ਹਾਂ, ਪਰ ਇਹ ਤਾਂ ਸਾਡੀਆਂ ਸ਼ਕਤੀਆਂ ਦਾ ਵੀ ਮਾਲਕ ਸਰੂਪ ਪਰਮਾਤਮਾ ਆਪ ਹੈ, ਸੋ ਉਹਦੇ ਸਾਹਮਣੇ ਸ਼ਰਮਿੰਦਾ ਹੋ ਰਹੇ ਨੇ। ਸਰਵਣੰ ਸੋਹਣ ਸੋਹੰ ਮਹਾਮਾਨ ਮੋਹੰ। ਉਹ ਪਰਮਾਤਮਾ, ਉਹ ਵਾਹਿਗੁਰੂ ਜਿਹੜਾ ਸੋਭ ਰਿਹਾ ਹੈ ਅਤੇ ਜਿਹਦੇ ਵਿੱਚ ਜਿਹੜਾ ਭਾਵ ਪਾਪੀਆਂ ਨੂੰ ਨਾਸ਼ ਕਰ ਦੇਣ ਵਾਲਾ ਹੈ, ਜਿਹੜਾ ਪਾਪੀਆਂ ਦਾ ਅੰਤ ਕਰ ਦੇਣ ਵਾਲਾ ਹੈ, ਉਹਨਾਂ ਦਾ ਵੱਧ ਕਰ ਦੇਣ ਵਾਲਾ ਹੈ, ਉਹ ਵਾਹਿਗੁਰੂ, ਉਹ ਕਿਰਪਾਲੂ, ਉਹ ਦਿਆਲੂ, ਮਹਾਮਾਨ ਮੋਹਨ ਅਤੇ ਸਭ ਨੂੰ ਮੋਹ ਲੈਣ ਵਾਲਾ, ਸਭ ਤੋਂ ਮਹਾਨ, ਸਭ ਤੋਂ ਉੱਤਮ, ਉਹ ਵਾਹਿਗੁਰੂ ਨਿਰੰਕਾਰ ਦਾ ਸਰੂਪ ਹੈ। ਸੋ ਸਤਿਗੁਰੂ ਜੀ ਉਸ ਵਾਹਿਗੁਰੂ ਦੀ ਤਸਵੀਰ ਖਿੱਚ ਰਹੇ ਨੇ। ਭੁਜੰਗ ਪ੍ਰਿਆਤ ਛੰਦ, ਅਤੇ ਅੱਗੇ ਸਤਿਗੁਰੂ ਜੀ ਭੁਜੰਗ ਪ੍ਰਿਆਤ ਛੰਦ ਦੇ ਰਾਹੀਂ ਉਸ ਪਰਮਾਤਮਾ ਦੀ ਉਸਤਤੀ ਕਿਵੇਂ ਕਰਦੇ ਨੇ। ਸ੍ਰਿਜੇ ਸੇਤੰ ਜੇਰਜੰ ਉਤਪਜੇਅੰ ਰਚੇ ਅੰਡਜੰ ਖੰਡ ਬ੍ਰਹਿਮੰਡ ਏਵੰ ਦਿਸਾ ਵਿਦਿਸਿਆਂ ਜਿਮੀ ਆਸਮਾਣੰ ਚਤੁਰਵੇਦ ਕਰਥੰ ਕੁਰਾਣੰ ਪੁਰਾਣੰ ਰਚੇ ਰੈਣ ਦਿਵਸੰ ਥਪੇ ਸੂਰ ਚੰਦਰੰ ਨਟੇ ਦੇਵੀਅੰ ਦਾਨੋ ਰਚੇ ਬੀਰ ਬਿਦਰੰ ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ ਸਭੈ ਜੇਰ ਕੀਨੇ ਬਲੀ ਕਾਲ ਹਾਥੰ। ਅਤੇ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਨੇ, ਸਿਰਜੇ ਸੇਤ ਜੰਗ ਜੇਰ ਜੰਗ ਉਤਪਜੇਅੰ, ਕਿ ਉਹ ਪਰਮਾਤਮਾ ਨੇ, ਉਹ ਵਾਹਿਗੁਰੂ ਨੇ ਸਭ ਕੁਝ ਸਿਰਜਿਆ ਹੈ। ਅੰਡਜ ਜੇਰਜ ਸੇਤਜ ਉਤਪੁਜ, ਆਪਾਂ ਪੜ੍ਹਦੇ ਹਾਂ ਨਾ ਰੋਜ਼ਾਨਾ ਬਾਣੀ ਦੇ ਅੰਦਰ, ਉਹ ਪਰਮਾਤਮਾ ਜਿਹੜਾ ਆਂਡਿਆਂ ਤੋਂ ਜੇਰਜ ਤੋਂ ਭਾਵ ਜੇਰ ਦੇ ਰੂਪ ਦੇ ਵਿੱਚ, ਸੇਤਜ ਜਿਹੜਾ ਬਿੰਦ ਦੇ ਰੂਪ ਦੇ ਵਿੱਚ, ਅਤੇ ਉਤਪੁਜ ਪ੍ਰਕਿਰਤੀ ਦੇ ਰੂਪ ਦੇ ਵਿੱਚ, ਵੱਖੋ ਵੱਖਰੇ ਢੰਗ ਨੇ ਨਾ ਪੈਦਾ ਹੋਣ ਦੇ, ਉਹ ਪਰਮਾਤਮਾ ਜਿਹਨੇ ਸਭ ਦੀ ਸਿਰਜਣਾ ਕੀਤੀ ਹੈ ਅਤੇ ਖੰਡਾ ਬ੍ਰਹਿਮੰਡਾਂ ਨੂੰ ਵੀ ਜਿਸਨੇ ਬਣਾਇਆ ਹੈ। ਰਚੇ ਅੰਡ ਜੰਗ ਖੰਡ ਬ੍ਰਹਿਮੰਡ ਏਵੰ, ਕਿ ਜਿਹੜਾ ਸਭ ਨੂੰ ਪੈਦਾ ਕਰਨ ਵਾਲਾ ਹੈ, ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ। ਦਿਸਾ ਵਿਦਿਸਿਆਂ, ਦਿਸਾ ਵਿਦਿਸਿਆਂ ਜਿਮੀ ਆਸਮਾਨੰ, ਦਿਸਾ ਅਤੇ ਵਿਦ ਦਿਸਾ, ਦਿਸ਼ਾਵਾਂ ਨੂੰ, ਚੌਹਾਂ ਦਿਸ਼ਾਵਾਂ ਨੂੰ, ਸਭ ਨੂੰ ਬਣਾਉਣ ਵਾਲਾ, ਜਿਮੀ ਆਸਮਾਨੰ, ਜ਼ਮੀਨ ਨੂੰ, ਅਸਮਾਨ ਨੂੰ, ਸਭ ਨੂੰ ਬਣਾਉਣ ਵਾਲਾ, ਥਾਪਣ ਵਾਲਾ। ਚਤੁਰ ਵੇਦ ਕਥਿਅੰ ਕੁਰਾਣੰ ਪੁਰਾਣੰ, ਅਤੇ ਜਿਹਨੇ ਵੇਦਾਂ ਕਿਤੇਬਾਂ ਨੂੰ ਕਥਣ ਦੀ ਸ਼ਕਤੀ ਜਿਹਨਾਂ ਨੂੰ ਦਿੱਤੀ ਹੈ, ਸਭ ਵੇਦ ਅਤੇ ਕਿਤੇਬ ਬਣਾਏ ਹਨ, ਉਹਨਾਂ ਸਭ ਨੂੰ ਤਾਕਤ, ਸਭ ਨੂੰ ਬਲ ਦੇਣ ਵਾਲਾ, ਸਭ ਨੂੰ ਰਚਣ ਵਾਲਾ, ਉਹ ਵਾਹਿਗੁਰੂ ਨਿਰੰਕਾਰ, ਉਹ ਆਪ ਹੈ। ਰਚੇ ਰਹਿਣ ਦਿਵਸੰਗ ਥਪੇ ਸੂਰ ਚੰਦਰੰ, ਰਚੇ ਰਹਿਣ ਦਿਵਸੰਗ, ਰਹਿਣ ਕਿਹਾ ਜਾਂਦਾ ਹੈ ਰਾਤ ਨੂੰ, ਦਿਵਸੰਗ ਕਿਹਾ ਜਾਂਦਾ ਹੈ ਦਿਨ ਨੂੰ, ਕਿ ਜਿਸਨੇ ਦਿਨ ਅਤੇ ਰਾਤ ਬਣਾਏ ਨੇ, ਥਪੇ ਸੂਰ ਚੰਦਰੰ, ਸੂਰਜ ਅਤੇ ਚੰਦਰਮਾ ਬਣਾਏ ਨੇ, ਜਿਹਨੇ ਧਰਤੀ ਬਣਾਈ ਹੈ, ਜ਼ਮੀਨ ਅਸਮਾਨ ਬਣਾਇਆ ਹੈ, ਚੰਦ ਸੂਰਜ ਬਣਾਏ ਨੇ, ਦਿਨ ਰਾਤ ਬਣਾਏ ਨੇ। ਠਟੇ ਦੇਵ ਦਾਨੋ ਰਚੇ ਬੀਰ ਬਿਦਰੰ, ਅਤੇ ਜਿਸਨੇ ਦੇਵਤਿਆਂ ਨੂੰ, ਦਾਨਵਾਂ ਨੂੰ, ਵੀਰਾਂ ਨੂੰ, ਸਭ ਨੂੰ ਬਣਾਇਆ ਹੈ, ਸਭ ਨੂੰ ਬਣਾਉਣ ਵਾਲਾ, ਚੰਗਿਆਂ ਨੂੰ, ਮਾੜਿਆਂ ਨੂੰ, ਸਭ ਨੂੰ ਪੈਦਾ ਕਰਨ ਵਾਲਾ। ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ ਸਭੈ ਜੇਰ ਕੀਨੇ ਬਲੀ ਕਾਲ ਹਾਥੰ। ਉਹ ਪਰਮਾਤਮਾ, ਉਹ ਵਾਹਿਗੁਰੂ ਜਿਹਨੇ ਮੱਥੇ ਦੇ ਲੇਖ ਲਿਖੇ ਨੇ, ਉਹ ਪਰਮਾਤਮਾ ਨਿਰੰਕਾਰ ਜਿਹੜਾ ਸਭ ਦਾ ਮਾਲਕ ਹੈ, ਭਾਵ ਲੋਹ ਕਲਮ, ਆਪਾਂ ਕਹਿ ਦਿੰਦੇ ਹਾਂ ਕਿ ਲੋਹੇ ਦੀ ਕਲਮ ਦੇ ਨਾਲ ਲਿਖ ਦਿੱਤਾ, ਕਹਿਣ ਤੋਂ ਭਾਵ ਕਿ ਜਿਹੜਾ ਮਿਟ ਨਹੀਂ ਸਕਦਾ, ਜਿਹੜਾ ਅਟਲ ਹੈ, ਉਹ ਪਰਮਾਤਮਾ ਜਿਹਦੇ ਪਾਸ ਇਹ ਬਲ ਹੈ, ਜਿਹਨੇ ਸਭ ਦੇ ਮੱਥੇ 'ਤੇ ਸਭ ਦੇ ਲੇਖ, ਸਭ ਦੇ ਕਾਰਜ ਉਹ ਲਿਖੇ ਹਨ,
ਸਭੈ ਜੇਰ ਕੀਨੇ ਬਲੀ ਕਾਲ ਹਾਥੰ, ਤੇ ਜਿਨ੍ਹਾਂ ਨੂੰ ਕਾਲ ਦੇ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨਸ਼ਟ ਵੀ ਕਰਦਾ ਹੈ। ਸੋ ਪਹਿਲੀਆਂ ਪੰਕਤੀਆਂ 'ਚ ਸਤਿਗੁਰੂ ਜੀ ਇਹ ਦੱਸ ਰਹੇ ਨੇ ਕਿ ਜਿਹਨੇ ਧਰਤੀ ਬਣਾਈ ਹੈ, ਅਸਮਾਨ ਬਣਾਇਆ ਹੈ, ਚੰਦ ਸੂਰਜ ਬਣਾਏ ਨੇ, ਖੰਡ ਬ੍ਰਹਿਮੰਡ ਬਣਾਏ ਨੇ, ਸਭ ਨੂੰ ਪੈਦਾ ਕੀਤਾ ਹੈ। ਤੇ ਇੱਥੇ ਸਤਿਗੁਰੂ ਜੀ ਜ਼ਿਕਰ ਕਰ ਰਹੇ ਨੇ ਸਭੇ ਜੇਰ ਕੀਨੇ ਬਲੀ ਕਾਲ ਹਾਥੰ, ਤੇ ਸਭ ਨੂੰ ਖਤਮ ਕਰਨਾ, ਸਭ ਦਾ ਅੰਤ ਕਰਨਾ, ਕਾਲ ਦੇ ਰੂਪ ਦੇ ਵਿੱਚ ਸਭ ਦਾ ਵੱਧ ਕਰਨਾ, ਉਹ ਵੀ ਉਹਨੇ ਆਪਣੇ ਹੱਥੀ ਤਾਕਤ ਰੱਖੀ ਹੈ, ਪੈਦਾ ਕਰਨ ਦੀ ਵੀ ਤੇ ਖਤਮ ਕਰਨ ਦੀ ਵੀ। ਕਈ ਮੇਟ ਡਾਰੇ ਉਸਾਰੇ ਬਣਾਏ, ਉਪਾਰੇ ਘੜੇ ਫੇਰ ਮੇਟੇ ਉਪਾਏ, ਕਿਰਿਆ ਕਾਲ ਜੂ ਕੀ ਕਿਨੂ ਨਾ ਪਛਾਨੀ, ਕਨਿਉ ਪੈ ਬਹਿ ਹੈ ਕਨਿਉ ਪੈ ਪਿਹਾਨੀ, ਕਿਨੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਮਹਾਦੀਨ ਕੇਤੇ ਪ੍ਰਿਥੀ ਮਾਜ ਹੂਏ, ਸਮੈ ਆਪਣੀ ਆਪਣੀ ਅੰਤ ਮੂਏ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਕਈ ਮੇਟ ਡਾਰੇ ਉਸਾਰੇ ਬਣਾਏ, ਕਈਆਂ ਨੂੰ ਮਿਟਾ ਦਿੱਤਾ ਹੈ, ਕਈਆਂ ਨੂੰ ਖਤਮ ਕਰ ਦਿੱਤਾ ਹੈ, ਉਸਾਰੇ ਉਸਾਰ ਦਿੱਤੇ, ਬਣਾ ਦਿੱਤੇ, ਮਿਟਾ ਦਿੱਤੇ ਤੇ ਫਿਰ ਬਣਾ ਦਿੱਤੇ, ਉਪਾਰੇ ਘੜੇ ਫਿਰ ਮੇਟੇ ਉਪਾਏ। ਉਪਾਰੇ ਪਹਿਲਾਂ ਉਪਾਰੇ ਜਿਨ੍ਹਾਂ ਨੂੰ ਬਖਸ਼ਿਸ਼ਾਂ ਕੀਤੀਆਂ, ਫਿਰ ਗੜੇ ਮੇਟੇ, ਫਿਰ ਮੇਟੇ ਉਹਨਾਂ ਨੂੰ ਖਤਮ ਕਰ ਦਿੱਤਾ, ਫਿਰ ਉਪਾਏ, ਭਾਵ ਜੰਮਣਾ ਮਰਨਾ, ਜੰਮਣਾ ਮਰਨਾ ਸਭ ਉਹਨੇ ਆਪਦੇ ਹੱਥ ਰੱਖਿਆ ਹੈ, ਬਣਾਉਣਾ, ਢਾਹ ਦੇਣਾ, ਉਜਾੜ ਦੇਣਾ, ਵਸਾ ਦੇਣਾ, ਸਭ ਕੁਝ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਕਿਰਿਆ ਕਾਲ ਜੂ ਕੀ ਕਿਨੂ ਨਾ ਪਛਾਨੀ, ਕਨਿਓ ਪੈ ਬਿਹੈ ਕਨਿਓ ਪੈ ਬਿਹੈ ਹੈ ਕਨਿਓ ਪੈ ਬਿਹਾਨੀ। ਕਿਰਿਆ ਕਾਲ ਜੂ ਕੀ, ਉਸ ਮੌਤ ਰੂਪੀ ਕਾਲ ਦੀ ਕਿਰਿਆ ਤੋਂ ਕੋਈ ਵੀ ਵਾਂਝਾ ਨਹੀਂ, ਕਿਹਨੂੰ ਨਾ ਪਛਾਨੀ, ਕੋਈ ਪਛਾਣ ਨਹੀਂ ਸਕਿਆ, ਕੋਈ ਜਾਣ ਨਹੀਂ ਸਕਿਆ ਇਸ ਭੇਦ ਨੂੰ। ਘਨਿਓ ਪੈ ਬਿਹੈ, ਕਈਆਂ ਦੇ ਉੱਪਰ ਘਨੇ ਹੁੰਦੇ ਨੇ ਅਨੇਕਾਂ, ਕਈਆਂ ਦੇ ਉੱਪਰ ਇਹ ਬੀਤ ਚੁੱਕੀ ਹੈ ਤੇ ਕਈਆਂ ਦੇ ਉੱਪਰ ਇਹ ਬੀਤਣੀ ਹੈ, ਬੀਤ ਰਹੀ ਹੈ। ਘਨਿਓ ਪੈ ਬਹਿ ਹੈ ਘਨਿਓ ਪੈ ਬਿਹਾਨੀ, ਕਈਆਂ 'ਤੇ ਇਹ ਬੀਤ ਚੁੱਕੀ ਹੈ ਤੇ ਕਈਆਂ 'ਤੇ ਇਹ ਬੀਤ ਰਹੀ ਹੈ, ਬੀਤਣੀ ਹੈ, ਉਹ ਪਰਮਾਤਮਾ ਦੀ ਇਹ ਤਾਕਤ, ਉਹ ਬਲ, ਉਹ ਸ਼ਕਤੀ। ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਤੇ ਕ੍ਰਿਸ਼ਨ ਵਰਗੇ ਅਨੇਕਾਂ ਹੀ ਕਰੋੜਾਂ ਹੀ ਪੈਦਾ ਕੀਤੇ ਨੇ। ਸੋ ਇੱਥੇ ਉਹ ਪਰਮਾਤਮਾ ਜਿਸ ਨੂੰ ਦੂਸਰੇ ਮਤਾਂ ਦੇ ਅੰਦਰ ਵਾਹਿਗੁਰੂ ਮੰਨਿਆ ਜਾਂਦਾ ਹੈ ਜਾਂ ਜਿਹੜੇ ਉਸਨੂੰ ਰੱਬ ਮੰਨਦੇ ਨੇ, ਸੋ ਕਿਸੇ ਦਾ ਨਿਰਾਦਰ ਕਰਕੇ ਜਾਂ ਕਿਸੇ ਨੂੰ ਨੀਵਾਂ ਨਹੀਂ ਦਿਖਾਇਆ, ਪਰ ਸਤਿਗੁਰੂ ਜੀ ਦੱਸਦੇ ਨੇ ਕਿ ਕ੍ਰਿਸ਼ਨ ਵਰਗੇ ਅਨੇਕਾਂ ਹੀ ਤਖ ਸ਼ਕਤੀਮਾਨ, ਅਨੇਕਾਂ ਹੀ ਐਸੇ ਤਾਕਤਾਂ ਬਲ ਦੇ ਮਾਲਕ, ਅਨੇਕਾਂ ਹੀ ਕਰੋੜਾਂ ਹੀ ਕ੍ਰਿਸ਼ਨ ਉਸਨੇ ਪੈਦਾ ਕੀਤੇ ਨੇ, ਇੱਕ ਨਹੀਂ। ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਤੇ ਰਾਮ ਵਰਗੇ ਵੀ ਅਨੇਕਾਂ ਹੀ ਉਸਨੇ ਪੈਦਾ ਕੀਤੇ ਨੇ, ਫਿਰ ਮੇਟ ਦਿੱਤੇ, ਮਾਂ ਮੇਟ ਡਾਰੇ ਉਪਾਏ, ਫਿਰ ਮੇਟ ਦਿੱਤੇ ਤੇ ਲੋੜ ਪੈਣ 'ਤੇ ਫਿਰ ਪੈਦਾ ਕਰ ਲਏ। ਅਤੇ ਹੁਣ ਇਸ ਪੰਗਤੀ ਨੂੰ ਜਦੋਂ ਸੰਗਤ ਜੀ ਪੜ੍ਹਦੇ ਹਾਂ ਆਪਾਂ, ਤਾਂ ਫਿਰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਜੀ ਇਹ ਸਨਾਤਨ ਮਤ ਦੇ ਗ੍ਰੰਥਾਂ ਦਾ ਉਤਾਰਾ ਹੈ, ਅਤੇ ਆਪਣੇ ਗ੍ਰੰਥਾਂ ਦੇ ਵਿੱਚ ਉਹ ਇਹ ਲਿਖ ਸਕਦੇ ਨੇ ਕਿ ਕ੍ਰਿਸ਼ਨ ਨੂੰ ਮਾਰ ਦਿੱਤਾ ਹੈ ਜਾਂ ਰਾਮ ਨੂੰ ਮਾਰ ਦਿੱਤਾ ਹੈ, ਖਤਮ ਕਰ ਦਿੱਤਾ ਹੈ, ਉਹਨਾਂ ਵਰਗੇ ਕਰੋੜਾਂ ਹੀ ਨੇ, ਕੋਈ ਕਹਿ ਸਕਦਾ ਹੈ? ਜਿਹਨੂੰ ਉਹ ਭਗਵਾਨ ਮੰਨਦੇ ਨੇ ਉਹ ਆਪਣੇ ਭਗਵਾਨ ਦੇ ਪ੍ਰਤੀ ਐਸੇ ਸ਼ਬਦ ਲਿਖਣਗੇ? ਸੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਦੱਸ ਰਹੇ ਨੇ ਕਿ ਉਹ ਨਿਰੰਕਾਰ ਵਾਹਿਗੁਰੂ ਆਪ ਸਰਵ ਸ਼ਕਤੀਮਾਨ ਹੈ, ਅਤੇ ਇਹ ਥੋੜ੍ਹੀਆਂ ਬਹੁਤੀਆਂ ਤਾਕਤਾਂ, ਥੋੜ੍ਹਾ ਬਹੁਤਾ ਬਲ ਸਮੇਂ ਸਮੇਂ ਅਨੁਸਾਰ ਆਪਣੇ ਸੇਵਕਾਂ ਨੂੰ ਦੇ ਕੇ ਉਹ ਭੇਜਦਾ ਰਿਹਾ ਹੈ ਇਸ ਲੋਕਾਈ ਦੇ ਉਧਾਰ ਵਾਸਤੇ, ਅਤੇ ਉਹ ਪਰਮਾਤਮਾ ਮੇਨ ਤਾਕਤ, ਮੇਨ ਬਲ ਆਪਣੇ ਹੱਥ ਵਿੱਚ ਰੱਖਦਾ ਹੈ, ਅਤੇ ਇਸ ਵਜ੍ਹਾ ਕ੍ਰਿਸ਼ਨ ਰਾਮ ਅਨੇਕਾਂ ਉਸਨੇ ਪੈਦਾ ਕੀਤੇ ਨੇ ਅਤੇ ਅਨੇਕਾਂ ਨੂੰ ਉਸਨੇ ਖਤਮ ਕੀਤਾ ਹੈ। ਮਹਾਦੀਨ ਕੇਤੇ ਪ੍ਰਿਥੀ ਮਾਜ ਹੂਏ, ਸਮੈਂ ਆਪਣੀ ਆਪਣੀ ਅੰਤ ਮੂਏ। ਮਹਾਦੀਨ ਕਿਹਾ ਗਿਆ ਹੈ ਮੁਹੰਮਦ ਨੂੰ,
ਇਸਲਾਮ ਮਤ ਦੇ ਅੰਦਰ ਪਰਮਾਤਮਾ ਮੰਨਿਆ ਗਿਆ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਕੇਤੇ ਪ੍ਰਿਥੀ ਮਾਝ ਹੋਏ, ਕਿ ਅਨੇਕਾਂ ਹੀ ਐਸੇ ਪੈਦਾ ਕੀਤੇ ਨੇ ਉਸ ਪਰਮਾਤਮਾ ਨੇ, ਸਮੇਂ ਸਮੇਂ 'ਤੇ ਲੋੜ ਪੈਣ 'ਤੇ ਲੋਕਾਈ ਦੇ ਉਧਾਰ ਵਾਸਤੇ, ਜੀਵਾਂ ਦੇ ਉਧਾਰ ਵਾਸਤੇ, ਪਾਪਾਂ ਨੂੰ ਠੱਲ ਪਾਉਣ ਵਾਸਤੇ ਉਹ ਪਰਮਾਤਮਾ ਕ੍ਰਿਸ਼ਨ ਬਣ ਕੇ, ਰਾਮ ਬਣ ਕੇ, ਮੁਹੰਮਦ ਬਣ ਕੇ ਵੱਖੋ ਵੱਖਰੇ ਰੂਪ ਧਾਰਨ ਕਰਦਾ ਰਿਹਾ ਹੈ ਯੁਗਾ ਯੁਗੰਤਰਾਂ ਦੇ ਅੰਦਰ, ਜਦੋਂ ਲੋੜ ਪਈ ਹੈ ਲੋਕਾਈ ਨੂੰ ਬਚਾਉਣ ਵਾਸਤੇ। ਪਰ ਉਹ ਪਰਮਾਤਮਾ ਨੇ ਜਿੱਥੇ ਬਣਾਇਆ ਅਤੇ ਫਿਰ ਲੋੜ ਪੈਣ ਤੋਂ ਬਾਅਦ ਸਭ ਨੂੰ ਖਤਮ ਵੀ ਕਰ ਦਿੱਤਾ। ਸਮੇਂ ਆਪਣੀ ਆਪਣੀ ਅੰਤ ਮੂਏ, ਅਤੇ ਫਿਰ ਸਮੇਂ ਸਮੇਂ 'ਤੇ ਸਭ ਆਪੋ ਆਪਣੇ ਸਰੀਰ ਛੱਡ ਕੇ ਉਹ ਪਰਮਾਤਮਾ ਉਸ ਵਾਹਿਗੁਰੂ ਨਿਰੰਕਾਰ ਦੀ ਜੋਤ ਜਿੱਥੋਂ ਆਈ ਸੀ ਉੱਥੇ ਵਾਪਸ ਚਲੀ ਗਈ। ਸੋ ਇਸ ਗੱਲ ਨੂੰ ਸਮਝਣ ਵਾਸਤੇ ਸੰਗਤ ਜੀ ਹਿਰਦਾ ਵੱਡਾ ਕਰਨਾ ਪਵੇਗਾ, ਸਮਝ ਵੱਡੀ ਕਰਨੀ ਪਵੇਗੀ ਕਿ ਉਹ ਪਰਮਾਤਮਾ ਮਨੁੱਖੀ ਸਰੀਰਾਂ ਦੇ ਰੂਪ ਧਾਰਨ ਕਰਦਾ ਰਿਹਾ ਹੈ ਯੁਗਾਂ ਯੁਗਾਂਤਰਾਂ ਤੋਂ, ਅਤੇ ਲੋੜ ਪੈਣ 'ਤੇ ਲੋਕਾਈ ਦਾ ਭਲਾ ਕਰਨ ਤੋਂ ਬਾਅਦ ਜਦੋਂ ਸਮਾਂ ਸਮਾਪਤ ਹੋ ਗਿਆ ਤਾਂ ਉਹਨੇ ਆਪਣੀ ਤਾਕਤ, ਆਪਣੀ ਸ਼ਕਤੀ, ਆਪਣਾ ਬਲ ਜੋ ਕਿਸੇ ਵੀ ਸਰੂਪ 'ਚ ਪ੍ਰਗਟ ਕੀਤਾ ਸੀ, ਫਿਰ ਉਸਨੂੰ ਉਸੇ ਹੀ ਪ੍ਰਕਾਸ਼ ਦੇ ਅੰਦਰ, ਉਸੇ ਹੀ ਜੋਤ ਦੇ ਅੰਦਰ ਵਾਪਸ ਲੈ ਲਿਆ ਜਿੱਥੋਂ ਉਹ ਆਈ ਸੀ। ਸੋ ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ ਕਿ ਉਸ ਵਾਹਿਗੁਰੂ, ਉਸ ਨਿਰੰਕਾਰ ਦੇ ਨਾਲ ਜੁੜੋ ਜਿਹੜਾ ਸਭ ਨੂੰ ਬਣਾਉਣ ਵਾਲਾ ਹੈ, ਭਾਵੇਂ ਉਹ ਚੰਗੇ ਨੇ, ਭਾਵੇਂ ਉਹ ਮਾੜੇ ਨੇ, ਭਾਵੇਂ ਪਸ਼ੂ ਪਕਸ਼ੀ ਨੇ, ਜੀਵ ਜੰਤੂ ਨੇ, ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਰੱਬ ਮੰਨ ਕੇ, ਉਹਨਾਂ ਚੀਜ਼ਾਂ ਨੂੰ ਰੱਬ ਮੰਨ ਕੇ ਉਹਨਾਂ ਨੂੰ ਪੂਜਣਾ ਛੱਡੋ, ਅਤੇ ਉਸ ਨਿਰੰਕਾਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰੋ ਜਿਸ ਨੇ ਸਭ ਨੂੰ ਬਣਾਇਆ। ਹੁਣ ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਜੀ, ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਣਾ ਛੱਡ ਦਈਏ, ਸਤਿਕਾਰ ਕਰਨਾ। ਹੁਣ ਪੇੜ ਪੌਦਿਆਂ ਦੀ ਸੰਗਤ ਜੀ ਸਾਨੂੰ ਜ਼ਰੂਰਤ ਹੈ, ਆਕਸੀਜਨ ਦੀ ਸਾਨੂੰ ਜ਼ਰੂਰਤ ਹੈ, ਅਤੇ ਜੇ ਅਸੀਂ ਕਹਿ ਦਈਏ ਜੀ ਕੁਦਰਤ ਦਾ ਇਹ ਬਣਾਏ ਹੋਏ ਨੇ ਅਤੇ ਸਾਡਾ ਤਾਂ ਲੈਣ ਦੇਣ ਕੋਈ ਨਹੀਂ, ਅਸੀਂ ਕੱਟ ਕੇ ਅਤੇ ਵੱਢ ਕੇ ਪਰੇ ਸੁੱਟ ਦਈਏ, ਆਪੇ ਪਰਮਾਤਮਾ ਹੋਰ ਪੈਦੇ ਕਰ ਦਊ, ਹੋ ਸਕਦਾ ਹੈ ਨਾ? ਕਿਉਂਕਿ ਬੁੱਧੀ ਤਾਂ ਸਾਡੀ ਇਹੀ ਗੱਲ ਕਹਿੰਦੀ ਸਾਨੂੰ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਸਤਿਕਾਰ ਕਰ। ਕਿਸੇ ਰੁੱਖ ਨੂੰ ਰੱਬ ਮੰਨ ਕੇ ਉਹਦੀ ਪੂਜਾ ਕਰੀ ਜਾਣੀ, ਉਹਨੂੰ ਪਾਣੀ ਪਾਈ ਜਾਣਾ ਅਤੇ ਉਹਦੇ ਪੱਤਿਆਂ ਦੀ ਪੂਜਾ ਕਰੀ ਜਾਣੀ ਜਾਂ ਉਹਨੂੰ ਧੂਫਾਂ ਦਿਖਾਈ ਜਾਣੀਆਂ, ਇੱਦਾਂ ਪਰਮਾਤਮਾ ਨਹੀਂ ਮਿਲਦਾ। ਉਹ ਪਰਮਾਤਮਾ ਦੀ ਪ੍ਰਕਿਰਤੀ ਬਣਾਈ ਹੋਈ ਹੈ, ਉਹਦਾ ਸਤਿਕਾਰ ਕਰੋ। ਫੁੱਲ ਦੇਖ ਕੇ ਲੱਗਦਾ ਕਿ ਪਰਮਾਤਮਾ ਫੁੱਲਾਂ 'ਚ ਸੋਭ ਰਿਹਾ ਹੈ, ਹਰਿਆਲੀ ਦੇਖ ਕੇ ਲੱਗਦਾ ਪਰਮਾਤਮਾ ਹਰਿਆ ਭਰਿਆ ਹੈ, ਜੀਵ ਜੰਤੂਆਂ 'ਚ ਚੱਲ ਫਿਰ ਰਿਹਾ, ਇਨਸਾਨਾਂ 'ਚ ਚੱਲ ਫਿਰ ਰਿਹਾ। ਉਹਦੀ ਬਣਾਈ ਹੋਈ ਕੁਦਰਤ ਦਾ ਸਤਿਕਾਰ ਕਰਨਾ, ਉਹਨੂੰ ਪਿਆਰ ਕਰਨਾ, ਉਹਦਾ ਆਦਰ ਕਰਨਾ, ਉਹ ਸਾਡਾ ਫਰਜ਼ ਬਣਦਾ ਹੈ। ਪਰ ਉਸ ਚੀਜ਼ ਨੂੰ ਰੱਬ ਮੰਨ ਲੈਣਾ, ਉਹ ਸਤਿਗੁਰੂ ਜੀ ਸਾਨੂੰ ਹੁਕਮ ਨਹੀਂ ਕਰ ਰਹੇ। ਉਹਦੀਆਂ ਬਣਾਈਆਂ ਹੋਈਆਂ ਵਸਤਾਂ ਤੋਂ ਆਨੰਦ ਲਓ, ਆਪਣੇ ਜੀਵਨ ਦੇ ਅੰਦਰ ਸੁੱਖ ਸਾਧਨ ਇਕੱਠੇ ਕੀਤੇ ਨੇ ਭਾਈ ਸਰੀਰ ਨੂੰ ਸੁੱਖ ਦੇਣ ਵਾਸਤੇ, ਉਹਨਾਂ ਦਾ ਵੀ ਆਨੰਦ ਲਓ, ਜ਼ਰੂਰ ਲਓ। ਪਰ ਆਤਮਾ ਰੂਪੀ ਅੰਸ਼ ਜੋ ਤੇਰੇ ਅੰਦਰ ਪਰਮਾਤਮਾ ਨੇ ਪਾਇਆ ਹੈ, ਉਹਨੂੰ ਸ਼ਾਂਤੀ ਵਾਸਤੇ, ਉਹਦੇ ਟਿਕਾਓ ਵਾਸਤੇ ਉਸ ਪਰਮਾਤਮਾ ਨੇ ਕਿਉਂ ਪਾਇਆ ਹੈ, ਵਾਪਸ ਉਹਦੇ ਕੋਲ ਜਾਣਾ ਹੈ, ਖਾਲੀ ਆਇਆ ਅਤੇ ਖਾਲੀ ਭੇਜ ਦੇਣਾ ਹੈ, ਇਹਦੇ ਬਾਰੇ ਵਿਚਾਰ ਕਰਨ ਵਾਸਤੇ ਸਤਿਗੁਰੂ ਜੀ ਸਾਨੂੰ ਜਿਹੜਾ ਉਹ ਸਮਝਾ ਰਹੇ ਹਨ। ਸੋ ਅੱਜ ਦੀ ਵਿਚਾਰ ਸੰਗਤ ਜੀ ਆਪਾਂ ਇੱਥੋਂ ਤੱਕ ਹੀ ਸਰਵਣ ਕਰਾਂਗੇ। ਇਸ ਤੋਂ ਅੱਗੇ ਅਗਲੇ ਹਫ਼ਤੇ ਮੇਰੇ ਸਤਿਗੁਰ ਨੇ ਸਵਾਸ ਬਖਸ਼ੇ ਅਤੇ ਆਪ ਸੰਗਤਾਂ ਦੇ ਚਰਨ ਸੇਵਾ ਕਰਨ ਦੀ ਜਿਹੜੀ ਹੈ ਉਹ ਜ਼ਰੂਰ ਯਤਨ ਕਰਾਂਗੇ। ਸੋ ਹਮੇਸ਼ਾ ਦੀ ਤਰ੍ਹਾਂ ਆਪ ਸੰਗਤਾਂ ਦਾ, ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜਿਹੜੇ ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੀ ਸੇਵਾ ਲੈ ਰਹੇ ਨੇ, ਅਤੇ ਆਵਾਜ਼ੇ ਕੌਮ TV ਸਾਰੇ ਪ੍ਰੋਗਰਾਮ ਆਪ ਸੰਗਤਾਂ ਦੇ ਵਾਸਤੇ ਲੈ ਕੇ ਹਾਜ਼ਰ ਹੁੰਦਾ ਹੈ, ਸਾਰੀ ਸੇਵਾ ਨਿਭਾ ਰਿਹਾ, ਇਹਨਾਂ ਦਾ ਵੀ ਧੰਨਵਾਦ। ਸੋ ਆਉਣ ਵਾਲੇ ਦਿਨਾਂ ਦੇ ਅੰਦਰ, ਹਫ਼ਤੇ ਦੇ ਵਿੱਚ ਵੀ ਅਤੇ ਵੀਕਐਂਡ ਦੇ ਉੱਪਰ ਵੀ ਵੱਖੋ ਵੱਖਰੇ ਗੁਰੂ ਘਰਾਂ ਦੇ ਅੰਦਰ ਜਿਹੜੇ ਸਮਾਗਮ ਹੋ ਰਹੇ ਨੇ, ਹਾਜ਼ਰੀਆਂ ਭਰਨ ਵਾਸਤੇ ਗੁਰਮੁਖਾਂ ਨੇ ਹੁਕਮ ਕੀਤੇ ਨੇ, ਡਿਊਟੀਆਂ ਲਾਈਆਂ ਨੇ, ਫਿਰ ਉੱਥੋਂ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਜਿਹੜਾ ਉਹ ਯਤਨ ਕਰਾਂਗੇ ਜੀ। ਪ੍ਰੋਗਰਾਮ ਦੌਰਾਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਸਤਤ ਕਰਦਿਆਂ ਦੌਰਾਨ, ਅੱਜ ਦੀ ਹਾਜ਼ਰੀ ਦੇ ਦੌਰਾਨ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸੋ ਮੇਰਾ ਸਤਿਗੁਰੂ ਬਖਸ਼ਣ ਯੋਗ ਹੈ, ਆਪ ਸੰਗਤਾਂ ਕਿਰਪਾ ਕਰਨੀ ਬਖਸ਼ ਲੈਣੇ, ਚੰਗੇ ਸ਼ਬਦ ਉਸ ਵਾਹਿਗੁਰੂ ਨਿਰੰਕਾਰ ਦੀ ਉਸਤਤੀ ਦੇ ਸ਼ਬਦ, ਉਸ ਪਰਮਾਤਮਾ ਦੇ ਨਾਲ ਜੁੜਨ ਵਾਲੇ ਸ਼ਬਦ ਆਪਦੀ ਝੋਲੀ ਪਾ ਲੈਣੇ, ਅਤੇ ਜੇਕਰ ਕੋਈ ਜਾਣੇ ਅਣਜਾਣੇ ਕੋਈ ਸ਼ਬਦ ਮੇਰੇ ਕੋਲੋਂ ਐਸਾ ਨਿਕਲ ਗਿਆ ਹੈ ਜਿਹੜਾ ਉਸ ਪਰਮਾਤਮਾ ਦੀ ਸ਼ਾਨ ਦੇ ਖਿਲਾਫ਼ ਹੈ, ਅਤੇ ਉਹ ਮੇਰਾ ਸਮਝ ਕੇ ਮੇਰੀ ਝੋਲੀ ਵਾਪਸ ਪਾ ਦੇਣਾ ਸੰਗਤ ਜੀ।
ਅਤੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰੂ ਆਪਣੇ ਹੁਕਮ ਦਾ ਹੋਕਾ ਦੇਣ ਦੇ ਯੋਗ ਜਿਹੜਾ ਹੈ ਉਹ ਬਣਾ ਦੇਵੇ ਅਤੇ ਆਪ ਸੰਗਤਾਂ ਦੇ ਚਰਨਾਂ 'ਚ ਇਸੇ ਤਰ੍ਹਾਂ ਸੇਵਾ ਜਿਹੜਾ ਹੈ ਉਹ ਲੈਂਦਾ ਰਹੇ ਜੀ। ਸੋ ਅੱਜ ਦੀ ਹਾਜ਼ਰੀ ਦੀ ਇੱਥੇ ਹੀ ਸਮਾਪਤੀ ਹੈ। ਅਗਲੇ ਹਫ਼ਤੇ ਫਿਰ ਮਹਾਰਾਜ ਨੇ ਚਾਹਿਆ ਤਾਂ ਆਪਦੇ ਦਰਸ਼ਨ ਕਰਾਂਗੇ ਜੀ। ਉਦੋਂ ਤੱਕ ਲਈ ਆਪ ਸੰਗਤਾਂ ਅਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।